ਸੱਚੇ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਗੜ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ, ਜਾਂ ਫਿਰ ਇਸ ਨੂੰ 2014 ਦੇ ਵਿੱਚ ਬਦਲਾਅ ਦੀ ਬਹਾਰ ਦਾ ਜ਼ਿਕਰ ਕੀਤਾ ਗਿਆ। ਸਤਿ ਸ੍ਰੀ ਅਕਾਲ, ਸਵਾਗਤ ਹੈ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਤੇ ਧਾਕੜ ਵਰਸਿਸ ਧਾਕੜ ਦਾ ਕਾਫਲਾ ਅੱਜ ਪਹੁੰਚਿਆ ਹੈ ਪਟਿਆਲਾ ਦੇ ਵਿੱਚ। ਇਹ ਹਾਈ ਪ੍ਰੋਫਾਈਲ ਸੀਟ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਐਕਸਾਈਟਮੈਂਟ ਨਤੀਜਿਆਂ ਨੂੰ ਲੈ ਕੇ ਇੱਥੇ ਦੇ ਲੋਕ ਬਹੁਤ ਪੂਰੀਆਂ ਨਜ਼ਰਾਂ ਲਗਾ ਕੇ ਬੈਠੇ ਨੇ ਕਿ 4 ਜੂਨ ਨੂੰ ਕੀ ਹੋਏਗਾ। ਪਰ ਉਸ ਤੋਂ ਪਹਿਲਾਂ ਅਸੀਂ ਪਹੁੰਚੇ ਹਾਂ ਇੱਥੋਂ ਜਾਣਨ ਲੋਕਾਂ ਤੋਂ ਕਿ ਇੱਥੋਂ ਦੇ ਮੁੱਦੇ ਕੀ ਨੇ, ਇੱਥੇ ਇਸ ਵਾਰ ਦੀ ਸਿਆਸੀ ਹਵਾ, ਸਿਆਸੀ ਫਿਜ਼ਾ ਕੀ ਕਹਿੰਦੀ ਹੈ। ਮੇਰੇ ਸਹਿਯੋਗੀ ਵਿਜੇਪਾਲ ਬਰਾੜ ਸਾਡੇ ਨਾਲ ਹੋਣਗੇ। ਪਟਿਆਲਾ ਸ਼ਹਿਰ ਜਿੱਥੋਂ ਪੰਜਾਬ ਦੀ ਸੱਤਾ ਚੱਲਦੀ ਰਹੀ ਹੈ, ਪੰਜਾਬ ਦੀ ਸਿਆਸਤ ਚੱਲਦੀ ਰਹੀ ਹੈ, ਕੈਪਟਨ ਅਮਰਿੰਦਰ ਸਿੰਘ 2 ਵਾਰ ਮੁੱਖ ਮੰਤਰੀ ਬਣੇ, ਪਿਛਲੀ ਵਾਰ ਦੀ ਸਰਕਾਰ ਪਟਿਆਲਾ ਤੋਂ ਚੱਲਦੀ ਰਹੀ, ਅਖੀਰ ਤੇ ਆ ਕੇ ਫੇਰ ਬਦਲ ਹੋਇਆ, ਕੈਪਟਨ ਪਾਰਟੀ ਚੋਂ ਆਊਟ ਹੋ ਗਏ, ਨਵੇਂ ਚਿਹਰੇ ਆਏ, ਪਰ ਕਾਂਗਰਸ ਸੱਤਾ 'ਚ ਵਾਪਸੀ ਨਹੀਂ ਕਰ ਸਕੀ, ਆਮ ਆਦਮੀ ਪਾਰਟੀ ਸੱਤਾ 'ਚ ਆ ਗਈ। ਪਰ ਅੱਜ ਵੀ ਪਟਿਆਲਾ ਸੀਟ ਦਾ ਜ਼ਿਕਰ ਬੜੇ ਵੱਡੇ ਪੱਧਰ ਤੇ ਹੋ ਰਿਹਾ, ਕਿਉਂਕਿ ਮੁਕਾਬਲਾ 4 ਕੋਨੀ ਹੈ ਔਰ ਪਹਿਲੀ ਵਾਰੀ ਹੈ ਜਦੋਂ ਅਕਾਲੀ ਦਲ ਤੇ ਬੀਜੇਪੀ ਵੱਖਰੇ ਤੌਰ ਤੇ ਇਸ ਵੇਲੇ ਚੋਣ ਮੈਦਾਨ 'ਚ ਨੇ, ਉਸ ਤੋਂ ਇਲਾਵਾ ਕਾਂਗਰਸ ਤੇ ਆਮ ਆਦਮੀ ਪਾਰਟੀ। ਸੋ ਕੀ ਸਮੀਕਰਨ ਨੇ, ਪਟਿਆਲਾ ਦੇ ਮੁੱਦੇ ਕੀ ਨੇ ਔਰ ਕਿੰਨਾ ਮੁੱਦਿਆਂ ਨੂੰ ਲੈ ਕੇ ਲੋਕ ਇੱਥੋਂ ਦੇ ਵੋਟ ਕਰਨਗੇ, ਕੀ ਪਿਛਲੇ ਸਮੇਂ ਦੇ ਵਿੱਚ ਇਹ ਮੁੱਦੇ ਹੱਲ ਹੋਏ ਨੇ, ਅੱਜ ਇਸ ਡਿਬੇਟ ਦੇ ਵਿੱਚ ਅਸੀਂ ਹਰ ਪੱਖ ਟਟੋਲਣ ਦੀ ਕੋਸ਼ਿਸ਼ ਕਰਾਂਗੇ। ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਪਟਿਆਲਾ ਦੇ ਬਹੁਤ ਸਾਰੇ ਲੋਕ ਸਾਡੇ ਨਾਲ ਜੁੜੇ ਹੋਏ ਨੇ, ਇੱਕ ਵਾਰੀ ਜ਼ਰੂਰ ਪਟਿਆਲਾ ਦੇ ਲਈ ਜ਼ਰੂਰ ਤਾੜੀਆਂ ਤੁਸੀਂ ਮਾਰ ਦਿਓ ਪਟਿਆਲਾ ਦੇ ਲਈ। ਦੇਖੋ, ਕੋਸ਼ਿਸ਼ ਇਹ ਹੈ ਕਿ ਪਟਿਆਲਾ ਦੇ ਮੁੱਦੇ ਔਰ ਪਟਿਆਲਾ ਦੇ ਲੋਕਾਂ ਦੇ ਬਿਆਨ ਅੱਜ ਜਿੱਥੇ ਵੀ ਨਿਊਜ਼ 18 ਪੰਜਾਬ ਨੂੰ ਲੋਕ ਦੇਖਦੇ ਨੇ ਉੱਥੇ ਤੱਕ ਪਹੁੰਚਣਗੇ। ਔਰ ਮੈਂ ਸ਼ੁਰੂਆਤ ਕਰਦਾ, ਸਭ ਤੋਂ ਪਹਿਲਾਂ ਤਾਰੁਫ ਕਰਵਾਉਣਾ ਅੱਜ ਦੇ ਮਹਿਮਾਨਾਂ ਦੇ ਨਾਲ ਜੋ ਇਸ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਰਹੇ ਨੇ। ਆਮ ਆਦਮੀ ਪਾਰਟੀ ਨੂੰ ਬਿਕਰਮਜੀਤ ਪਾਸੀ ਜੀ ਰਿਪ੍ਰੈਜ਼ੈਂਟ ਕਰਨਗੇ। ਪਾਸੀ ਸਾਹਿਬ, ਬਹੁਤ ਬਹੁਤ ਸਵਾਗਤ ਹੈ, ਤਾੜੀਆਂ ਜ਼ਰੂਰ ਸਾਰਿਆਂ ਦੇ ਲਈ ਮਾਰ ਦਿਓ। ਇਹਨਾਂ ਦੇਖਿਓ ਕਿ ਸਾਡੀ ਪਾਰਟੀ ਹੈ ਜਾਂ ਨਹੀਂ ਹੈ। ਸਾਡੇ ਨਾਲ APS ਖੜਿਆਲ ਜੀ ਜੁੜ ਰਹੇ ਨੇ, ਐਡਵੋਕੇਟ APS ਖੜਿਆਲ ਜੀ, ਕਾਂਗਰਸ ਦੇ ਚੀਫ ਸਪੋਕਸਪਰਸਨ ਨੇ। ਖੜਿਆਲ ਸਾਹਿਬ, ਬਹੁਤ ਬਹੁਤ ਸਵਾਗਤ ਹੈ, ਪਾਸੀ ਸਵਾਗਤ ਹੈ। ਸਾਡੇ ਨਾਲ ਅਰਸ਼ਦੀਪ ਕਲੇਰ ਜੀ ਜੁੜ ਰਹੇ ਨੇ, ਐਡਵੋਕੇਟ ਅਰਸ਼ਦੀਪ ਕਲੇਰ ਜੀ, ਚੀਫ ਸਪੋਕਸਪਰਸਨ ਨੇ ਸ਼੍ਰੋਮਣੀ ਅਕਾਲੀ ਦਲ ਦੇ। ਕਲੇਰ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਪ੍ਰਿਤਪਾਲ ਸਿੰਘ ਬਲੀਵਾਲ ਜੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪ੍ਰੈਜ਼ੈਂਟ ਕਰਨਗੇ। ਬਲੀਵਾਲ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਨਿਊਜ਼ 18 ਪੰਜਾਬ ਦੇ ਉੱਤੇ ਇਸ ਚਰਚਾ ਦੀ ਅਸੀਂ ਸ਼ੁਰੂਆਤ ਕਰਦੇ ਹਾਂ। ਮੈਂ ਸ਼ੁਰੂਆਤ ਦੇ ਵਿੱਚ ਹੀ ਸਾਰਿਆਂ ਨੂੰ ਅਪੀਲ ਕਰ ਦਵਾਂ, ਤੁਸੀਂ ਆਪਣਾ ਸਵਾਲ ਘੱਟ ਸ਼ਬਦਾਂ ਦੇ ਵਿੱਚ ਤਿਆਰ ਰੱਖਿਓ, ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਪਟਿਆਲਾ ਦੇ ਲੋਕਾਂ ਦੇ ਨਾਲ ਆ ਕੇ ਗੱਲਬਾਤ ਕਰ ਸਕੀਏ। ਵਿਜੇ, ਬਿਲਕੁਲ, 4 ਸਾਡੇ ਨਾਲ ਨੁਮਾਇੰਦੇ ਨੇ, ਸਪੋਕਸਪਰਸਨ ਨੇ, ਉਹਨਾਂ ਤੋਂ ਸ਼ੁਰੂਆਤ ਕਰਦੇ ਹਾਂ। ਮੈਂ ਖੜਿਆਲ ਸਾਹਿਬ ਤੁਹਾਡੇ ਤੋਂ ਸ਼ੁਰੂ ਕਰਨਾ ਚਾਹੂੰਗਾ, ਕਿਉਂਕਿ ਪਟਿਆਲਾ ਦੀ ਜਿਹੜੀ ਸਿਆਸਤ ਹੈ ਉਹ ਕਾਂਗਰਸ ਦੇ ਆਲੇ ਦੁਆਲੇ ਘੁੰਮਦੀ ਰਹੀ ਹੈ ਪਿਛਲੇ ਸਮੇਂ ਦੇ ਵਿੱਚ, ਜਿੰਨਾ ਚਿਰ ਕੈਪਟਨ ਅਮਰਿੰਦਰ ਸਿੰਘ ਇੱਥੋਂ ਪੰਜਾਬ ਦੀ ਸੱਤਾ ਚਲਾਉਂਦੇ ਰਹੇ ਨੇ। ਪਰ ਅਚਾਨਕ ਫਿਰ ਬਦਲ ਹੋਇਆ ਤੇ ਚਿਹਰੇ ਬਦਲ ਗਏ। ਪਰ ਅੱਜ ਵੀ ਜੇ ਪਟਿਆਲਾ ਦੇ ਮੁੱਦੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਚੋਣ ਮੈਦਾਨ 'ਚ ਉਤਰੇ ਹੋ, ਉਹਨਾਂ ਮੁੱਦਿਆਂ ਨੂੰ ਲੈ ਕੇ ਦਾਅਵੇ ਕੀ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਹੀ ਪੈਂਦੇ ਨੇ, ਜਾਂ ਫਿਰ ਨਵੇਂ ਤਰੀਕੇ ਦੇ ਨਾਲ ਤੁਸੀਂ ਉਹਨਾਂ ਤੇ ਤਾਲ ਠੋਕ ਰਹੇ ਹੋ ਵੀ ਨਹੀਂ, ਸਾਡੀ ਸਰਕਾਰ ਨੇ ਪਿਛਲੇ ਸਮੇਂ 'ਚ ਇਹ ਕੰਮ ਕੀਤਾ ਸੀ, ਬੇਸ਼ੱਕ ਚਿਹਰੇ ਬਦਲ ਗਏ। ਦੇਖੋ ਬਰਾੜ ਸਾਹਿਬ, ਜਿੱਥੋਂ ਤੱਕ ਕੈਪਟਨ ਅਮਰਿੰਦਰ ਸਿੰਘ ਜੀ ਦੀ ਗੱਲ ਤੁਸੀਂ ਕੀਤੀ, ਕੈਪਟਨ ਅਮਰਿੰਦਰ ਸਿੰਘ ਜੀ ਜਿੰਨਾ ਚਿਰ ਕਾਂਗਰਸ ਪਾਰਟੀ ਦੇ ਨਾਲ ਸੀਗੇ ਉਹਨਾਂ ਚਿਰ ਮੁੱਖ ਮੰਤਰੀ ਸੀ, ਜਦੋਂ ਕਾਂਗਰਸ ਪਾਰਟੀ ਤੋਂ ਵੱਖ ਹੋਏ MLA ਵੀ ਨਹੀਂ ਰਹੇ। ਅੱਜ ਮੈਂ ਪੁੱਛੂੰਗਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਇਲੈਕਸ਼ਨ ਵੀ ਲੜ ਰਹੇ ਹੈ, ਜਾਖੜ ਸਾਹਿਬ ਇਲੈਕਸ਼ਨ ਲੜ ਰਹੇ ਹੈ, ਬਾਦਲ ਸਾਹਿਬ ਇਲੈਕਸ਼ਨ ਲੜ ਰਹੇ ਹੈ, ਇਕਲੌਤਾ ਪ੍ਰਧਾਨ ਕਾਂਗਰਸ ਪਾਰਟੀ ਦਾ ਜੋ ਇਲੈਕਸ਼ਨ ਲੜ ਰਿਹਾ, ਜੋ ਸਿਰਫ ਆਪਦੀ ਕੰਸਟੀਚੁਐਂਸੀ ਜਿੱਤਣ ਦਾ ਨਹੀਂ ਦਮ ਰੱਖਦਾ, ਦੂਜੇ ਦੀ ਕੰਸਟੀਚੁਐਂਸੀ ਜਿੱਤਣ ਦਾ ਵੀ ਦਮ ਰੱਖਦਾ ਤੇ ਜਿੱਤ ਕੇ ਦਿਖਾਊਗਾ। ਜਿੱਥੋਂ ਤੱਕ ਗੱਲ ਹੈ ਪਟਿਆਲੇ ਦੀ, ਧਰਮਵੀਰ ਗਾਂਧੀ ਜੀ ਲੈਂਡ ਸਲਾਈਡ ਵਿਕਟਰੀ ਨਾਲ ਜਿੱਤਣਗੇ, ਜਿੱਦਣ ਉਹਨਾਂ ਦਾ ਕੈਂਡੀਡੇਚਰ ਅਨਾਊਂਸ ਹੋਇਆ ਸੀਗਾ, ਇਹਨਾਂ ਦੇ ਕੈਂਡੀਡੇਟਸ ਨੂੰ ਨੀਂਦ ਨਹੀਂ ਜੀ ਆਈ, ਇਹਨਾਂ ਦੇ ਲੀਡਰਾਂ ਨੂੰ ਨੀਂਦ ਨਹੀਂ ਆਈ, ਇਹ ਲੱਗਿਆ ਜਿਵੇਂ ਸਰਜੀਕਲ ਸਟ੍ਰਾਈਕ ਹੋ ਗਈ ਹੁੰਦੀ ਹੈ ਇਹਨਾਂ ਤੇ, ਕਿਉਂਕਿ ਡਰ ਹੀ ਇਹਨਾਂ ਹੈ ਜੀ, ਕਿਉਂਕਿ ਧਰਮਵੀਰ ਗਾਂਧੀ ਜੀ ਓਨੈਸਟ ਨੇ, ਮਿਹਨਤੀ ਨੇ, ਗਰਾਊਂਡ ਰਿਐਲਿਟੀ ਨਾਲ ਜੁੜੇ ਹੋਏ ਨੇ, ਇਹਨਾਂ ਦੇ ਪੈਰਾਸ਼ੂਟਰ ਨੇ ਸਾਡੇ ਗਰਾਊਂਡ ਰੂਟਰ ਨੇ।
ਦੂਜੀ ਗੱਲ ਜਦੋਂ ਵੋਟ ਪੈਂਦਾ ਤੁਸੀਂ ਕਾਂਗਰਸ ਚ ਤੁਸੀਂ ਵੀ ਨੀ ਲਿਆ ਨਾ ਉਹਨਾਂ ਨੂੰ ਸ਼ਾਮਿਲ ਕਰਵਾਇਆ ਫਿਰ ਟਿਕਟ ਦੇ ਗੱਲ ਹੈ ਜੀ ਜਿਹੜਾ ਬੰਦਾ ਕਾਂਗਰਸ ਪਾਰਟੀ ਦੀ ਆਈਡੀਓਲੋਜੀ ਨਾਲ ਸਹਿਮਤ ਹੈ ਉਹਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਹੈ ਸਾਡਾ ਨੀ ਹੈਗਾ ਆਮ ਆਦਮੀ ਪਾਰਟੀ ਵਰਗਾ ਸਿਸਟਮ ਪੰਜ ਮੰਤਰੀ ਉਹਨਾਂ ਨੂੰ ਫੇਰ ਟਿਕਟਾਂ ਦੇਤੀਆਂ ਤਿੰਨ MLA ਉਹਨਾਂ ਨੂੰ ਫੇਰ ਟਿਕਟਾਂ ਦੇਤੀਆਂ ਤਿੰਨ ਤਿਤਲੀਆਂ ਨੂੰ ਟਿਕਟਾਂ ਦੇਤੀਆਂ ਫਿਰ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਵੀ ਗੱਲ ਕਰੂੰਗਾ ਆਹ ਨੇੜੇ ਹੀ ਹੈ ਚੰਡੀਗੜ੍ਹ ਆਪਣਾ ਤੇ ਕੈਂਡੀਡੇਟ ਛੱਡ ਕੇ ਭੱਜ ਗਿਆ ਫਿਰ BJP ਦੀ ਵੀ ਗੱਲ ਕਰ ਲਓ ਅੱਧੇ ਤੋਂ ਜ਼ਿਆਦਾ ਕੈਂਡੀਡੇਟਸ ਇੰਪੋਰਟ ਕੀਤੇ ਹੋਏ ਹੈ ਤੇ ਦੇਸ਼ ਦੀ ਗੱਲ ਵੀ ਕਰੂੰਗੇ ਤਾਂ 25% ਕੈਂਡੀਡੇਟਸ BJP ਦੇ ਇੰਪੋਰਟਡ ਹੈ ਲਾਸਟ ਗੱਲ ਵਨ ਲਾਸਟ ਲਾਈਨ ਜਦੋਂ ਵੋਟ ਕਰਨ ਜਾਊਂਗੇ ਆਮ ਆਦਮੀ ਪਾਰਟੀ ਨੂੰ ਇੰਨੀ ਗੱਲ ਪੁੱਛ ਲਿਓ ਕਿ ਜਿਹੜੇ ਤੁਸੀਂ ਝੂਠ ਬੋਲੇ ਸੀ ਕਿਉਂਕਿ ਐਤਕੀ ਫਿਰ ਦਾਅਵੇ ਕਰ ਰਹੇ ਹੈ BMW ਦਾ ਯੂਨਿਟ ਆਊਗਾ ਕਹਿੰਦੇ ਸੀਗੇ ਸੁਖ ਵਿਲਾਸ ਕਿਰਾਏ ਤੇ ਚੜਾਵਾਂਗੇ ਕਹਿੰਦੇ ਸੀਗੇ ਫਿਰ ਕਹਿੰਦੇ ਸੀਗੇ ਪੰਚਾਇਤੀ ਜ਼ਮੀਨ ਖਾਲੀ ਕਰਾਵਾਂਗੇ ਸਿੱਧੂ ਮੂਸੇਵਾਲੇ ਦੇ ਕੇਸ 'ਚ ਮੁਲਜ਼ਮ ਫੜ ਲਏ ਸਾਰੇ ਝੂਠ ਤੇ BJP ਨੂੰ ਵੀ ਪੁੱਛ ਲਿਓ ਕਿ ਤੁਹਾਡੇ ਝੂਠ ਨਹੀਂ ਸੀਗੇ 15 ਲੱਖ ਰੁਪਇਆ ਦੇਵਾਂਗੇ 2 ਕਰੋੜ ਜੌਬਸ ਦੇਵਾਂਗੇ ਐਟਸੈਟਰਾ ਸੋ ਜਵਾਬ ਤੁਸੀਂ ਕੈਂਡੀਡੇਟ ਤੋਂ ਸ਼ੁਰੂ ਕੀਤਾ ਮੈਂ ਪਹਿਲਾਂ BJP ਤੋਂ ਜਵਾਬ ਲੈ ਲਾਂ ਬਲੀਏਵਾਲ ਸਾਹਿਬ ਤੁਹਾਨੂੰ ਕੈਪਟਨ ਛੱਡ ਕੇ ਆਉਂਦੇ ਨੇ BJP ਦੇ ਵਿੱਚ ਆਉਂਦੇ ਨੇ ਔਰ ਫਿਰ ਦੁਬਾਰਾ ਉਹੀ ਦਾਅ ਖੇਡਿਆ ਜਾਂਦਾ ਚਿਹਰੇ ਬਦਲ ਜਾਂਦੇ ਨੇ ਪ੍ਰਨੀਤ ਕੌਰ ਕਾਂਗਰਸ ਤੋਂ ਜਿੱਤਦੇ ਨੇ ਅੱਜ ਕਾਂਗਰਸ ਦੇ ਖਿਲਾਫ BJP ਦੀ ਟਿਕਟ ਤੋਂ ਚੋਣ ਮੈਦਾਨ 'ਚ ਨੇ ਡਾਕਟਰ ਗਾਂਧੀ ਆਮ ਆਦਮੀ ਪਾਰਟੀ ਤੋਂ ਜਿੱਤਦੇ ਨੇ ਅੱਜ ਕਾਂਗਰਸ ਦੀ ਟਿਕਟ ਤੇ ਚੋਣ ਮੈਦਾਨ 'ਚ ਵਿਜੇਪਾਲ ਜੀ ਪਹਿਲਾਂ ਤਾਂ ਪਟਿਆਲੇ ਸ਼ਾਹੀ ਸ਼ਹਿਰ 'ਚ ਆਉਣ ਦਾ ਤੁਹਾਡਾ ਧੰਨਵਾਦ ਜੀ ਆਇਆਂ ਨੂੰ ਤੇ ਜਿੱਥੋਂ ਗੱਲ ਆਪਾਂ ਕਰੀਏ ਕਿ ਆਪਾਂ ਆ ਜਿਹੜਾ ਸੈੱਟ ਲਾਇਆ ਲਾਈਟ ਤੇ ਲਾਇਆ ਕਿ ਜਨਰੇਟਰ ਤੇ ਲਾਇਆ ਉਹ ਤਾਂ ਪੁੱਛਦਾ ਇੱਥੇ ਪਤਾ ਨਹੀਂ ਕਿ ਲਾਈਟ ਕਦੋਂ ਚਲੀ ਜਾਣੀ ਆ ਜੋ ਹਾਲਾਤੇ ਪਟਿਆਲਾ ਕੌਂਸਟੀਚੁਐਂਸੀ ਦਾ ਹੋਇਆ ਪਿਆ ਸਾਰਿਆਂ ਨੂੰ ਪੁੱਛ ਲਓ ਦਾਦਾ ਅਸੀਂ ਤੇ ਸਾਰੀ ਜਗ੍ਹਾ ਹੀ ਜਨਰੇਟਰ ਤੇ ਲਾਉਣੇ ਆ ਅਸੀਂ ਰਿਸਕ ਲੈਂਦੇ ਨਹੀਂ ਉਹ ਚਲੋ ਫਿਰ ਬਚਾ ਆਪਣਾ ਪੂਰਾ ਪੂਰਾ ਚੱਲ ਪੈਣਾ ਪ੍ਰੋਗਰਾਮ ਪੂਰਾ ਹੋ ਜਾਣਾ ਵਾ ਤੇ ਜਿੱਥੋਂ ਤੱਕ ਦੀ ਗੱਲ ਇਹ ਮੇਰਾ ਭਰਾ ਕਰ ਰਹੇ ਸੀਗੇ ਵੋਟ ਕੱਲ ਨਾ ਵੋਟਾਂ ਪਾ ਕੇ ਆਈ ਸੀ ਪ੍ਰਿਯੰਕਾ ਗਾਂਧੀ ਇੱਥੇ ਭਾਸ਼ਣ ਵੀ ਬਹੁਤ ਵਧੀਆ ਦੇਖੇ ਗਏ ਆ ਪਰ ਉਹ ਕੱਲ ਕਾਂਗਰਸ ਨੂੰ ਵੋਟ ਪਾ ਕੇ ਨਹੀਂ ਆਈ ਦਿੱਲੀ ਦੇ ਵਿੱਚ ਕਿਉਂਕਿ ਉੱਥੇ ਕਾਂਗਰਸ ਦਾ ਕੈਂਡੀਡੇਟ ਹੀ ਨਹੀਂ ਲੜ ਰਿਹਾ ਸੀ ਤੇ ਉਹ ਵੋਟ ਪਾ ਕੇ ਆਏ ਆ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਆ ਝਾੜੂ ਵਾਲਿਆਂ ਨੂੰ ਉੱਥੇ ਤਾਂ ਕਿਆ ਕਹਿੰਦੇ ਆ ਕਿ ਝਾੜੂ ਨੂੰ ਵੋਟ ਪੈ ਰਹੀ ਹੈ ਇੱਥੇ ਆ ਕੇ ਮੰਗਦੇ ਆ ਵੋਟਾਂ ਤੇ ਅੱਜ ਕੱਲ ਕਿੱਕਲੀ ਬੜੀ ਚੱਲਦੀ ਪਈ ਹੈ ਇੱਕ ਕਿੱਕਲੀ ਮੈਂ ਵੀ ਤੁਹਾਨੂੰ ਸੁਣਾਉਂਗਾ ਕਿੱਕਲ ਇੱਕ ਮਿੰਟ ਮੇਰੀ ਪੂਰੀ ਹੋ ਲੈਣ ਦੋ ਹੁਣ ਗੱਲ ਕਹਿੰਦੇ ਕਿੱਕਲ ਕਲੀਰ ਦੀ ਗੱਲ ਕਰਾਂ ਮੈਂ ਫਰੀ ਦੀ ਬੱਤੀ ਇੱਥੇ ਆਵੇ ਨਾ ਤਾਂ ਹੀ ਬਿੱਲ ਸਾਡਾ ਆਵੇ ਨਾ ਠੀਕ ਹੈ ਮਾਨ ਦੀ ਮਜਬੂਰੀ ਹੈ ਕਿਉਂਕਿ ਗਰੰਟੀ ਕਰਨੀ ਪੂਰੀ ਹੈ ਲਾਰੇ ਅਸੀਂ ਲਾਵਾਂਗੇ ਲੋਕਾਂ ਨੂੰ ਬੇਵਕੂਫ ਬਣਾਵਾਂਗੇ ਹਜ਼ਾਰ ਵਾਲਾ ਲਾਰਾ ਸੀ ਕਿਉਂਕਿ ਬੀਬੀਓ ਮਾਨ ਉਦੋਂ ਕੁਵਾਰਾ ਸੀ ਦੁਬਾਰਾ ਲਾਰਾ ਲਾਵਾਂਗੇ ਬੇਵਕੂਫ ਤੁਹਾਨੂੰ ਬਣਾਵਾਂਗੇ ਦਿੱਲੀ ਚੰਡੀਗੜ੍ਹ ਤੱਕ ਸੰਵਿਧਾਨ ਨੂੰ ਬਚਾਉਣਾ ਹੈ ਪਰ ਮੋਹਾਲੀ ਵਾਲੇ ਮੋੜ ਤੇ ਪੰਜੇ ਨੇ ਝਾੜੂ ਤੇ ਝਾੜੂ ਦੇ ਪੰਜਾ ਹਰਾਉਣਾ ਹੈ ਪਰ ਲੋਕਾਂ ਨੇ ਐਕਟੀਆਰ ਪੰਜਾਬ ਤੇ ਪਟਿਆਲਾ ਵਿੱਚ ਕਮਲ ਖਲਾਉਣਾ ਹੈ ਇਹ ਗੱਲ ਚੱਲਦੀ ਪਈ ਹੈ ਚਲੋ ਤੁਸੀਂ ਇਹਦੇ ਤੇ ਜਵਾਬ ਦੇ ਦਿਓ ਇੱਕ ਵਾਰੀ ਬਾਕੀ ਚੀਜ਼ਾਂ ਤੇ ਮੈਂ ਬਾਅਦ ਚ ਆਉਣਾ ਬਲਿਆਵਾਲਾ ਜੀ ਬਹੁਤ ਕੁਝ ਗੱਲਾਂ ਕਿੱਕਲੀ ਸੁਣਾ ਰਹੇ ਸੀ ਤੇ ਮੈਂ ਇਹਨਾਂ ਨੂੰ ਦੱਸ ਦਿਆਂ ਕਿ ਮੋਦੀ ਜੀ ਆਏ ਸੀ 1-2 ਦਿਨ ਪਹਿਲਾਂ ਆ ਯੂਟਿਊਬ ਤੇ ਨਾ ਵੀਡੀਓ ਚੱਲ ਰਹੀ ਸੀ ਵਿਚਾਰੇ ਮਜ਼ਦੂਰ ਕਹਿ ਰਹੇ ਸੀ 400 ਦਿਹਾੜੀ ਤੇ ਲਿਆਏ ਸੀ ਜੀ ਸਾਡੇ ਤਾਂ 400 ਵੀ ਨਹੀਂ ਦਿੱਤੇ ਤਾਂ ਮੈਂ ਇਹਨਾਂ ਨੂੰ ਦੱਸਣਾ ਚਾਹੂੰਗਾ ਮੈਂ ਬਲਿਆਵਾਲਾ ਸਾਹਿਬ ਨੂੰ ਕਿ ਮੋਦੀ ਜੀ ਦੀ ਸਟੇਜ ਤੇ ਇੱਕ ਪਾਸੇ ਤਾਂ ਬੈਠੇ ਹੁੰਦੇ ਆ ਛਗਨ ਬੁਜਗਲ ਜੀ ਦੀ CBI ਦੀ ਫਾਈਲ ਗੁੰਮ ਹੋ ਗਈ ਇੱਕ ਪਾਸੇ ਸੁੰਦਰ ਸ਼ਾਮ ਅਰੋੜਾ ਜਿਹੜਾ ਪੈਸੇ ਔਰ ਨੋਟਾਂ ਦੀ ਮਸ਼ੀਨ ਚੱਕ ਕੇ ਤੁਰ ਪਿਆ ਸੀ ਪੁਲਿਸ ਵੱਲ ਨੂੰ ਇੱਕ ਪਾਸੇ ਅਜੀਤ ਪਾਵਰ 70 ਕਰੋੜ ਦਾ ਜਿਹੜਾ ਹੈ ਜੀ 1000 ਕਰੋੜ ਦਾ ਘੋਟਾਲਾ ਚੱਕੀ ਪੀ ਸਿੰਘ ਇੱਕ ਪਾਸੇ ਹਿਮੰਤ ਵਿਸ਼ਵ ਸ਼ਰਮਾ ਸੋ ਜਦੋਂ ਮੋਦੀ ਜੀ ਪਟਿਆਲੇ ਆਏ ਨਾ ਪਟਿਆਲਾ ਵਾਸੀਓ ਤਾਂ ਮੈਂ ਸੋਚਿਆ ਕਿ ਭ੍ਰਿਸ਼ਟਾਚਾਰੀਆਂ ਦੀ ਬਾਰਾਤ ਲੈ ਕੇ ਮੋਦੀ ਜੀ ਪੰਜਾਬ 'ਚ ਆਏ ਦੇਸ਼ ਦਾ ਲੁਟਾ ਆਏ ਆਪਣੇ ਕਾਰਪੋਰੇਟ ਦੋਸਤਾਂ ਦੇ ਹੱਥ ਨਵੇਂ ਨਵੇਂ ਜੁਮਲੇ ਸੁਣਾਏ ਮੋਦੀ ਜੀ ਕੋਲੇ ਇੱਕ ਵੀ ਗੱਲ ਪੰਜਾਬ ਦੇ ਵਿਕਾਸ ਦੀ ਨਹੀਂ ਸੀ
ਮੋਦੀ ਜੀ ਨੂੰ ਮੈਂ ਹੁਣ ਕਾਂਗਰਸ ਦੇ ਮੇਰੇ ਭਰਾ ਦੀ ਗੱਲ ਦੱਸਦਿਆਂ ਖੰਡਿਆਲ ਸਾਹਿਬ ਕਹਿ ਰਹੇ ਸੀ, ਕਹਿੰਦੇ ਜਦੋਂ ਗਾਂਧੀ ਜੀ ਨੂੰ ਟਿਕਟ ਮਿਲੀ ਨਾ ਇਹਨਾਂ ਤੇ ਸਰਜੀਕਲ ਸਟ੍ਰਾਈਕ ਹੋ ਗਈ। ਉਹ ਭਾਈ ਸਰਜੀਕਲ ਸਟ੍ਰਾਈਕ ਨਹੀਂ ਸੀ ਹੋਈ, ਕੱਲਾ ਕੱਲਾ ਬੱਚਾ ਸੋਚ ਰਿਹਾ ਸੀ ਅੱਛਾ ਕਾਂਗਰਸ ਦਾ ਮਿਆਰ ਇੱਥੇ ਤੱਕ ਡਿੱਗ ਗਿਆ, ਹੁਣ ਗਾਂਧੀ ਲੈਣਾ ਪੈ ਗਿਆ। ਤੁਹਾਡੇ ਕੋਲੇ ਬੰਦਾ ਹੀ ਨਹੀਂ। ਆ ਤੁਹਾਡਾ ਲਾਲ ਸਿੰਘ ਵਿਚਾਰਾ ਬੁੱਕਲ ਚ ਮੂੰਹ ਤੱਕ ਰੋਈ ਜਾਂਦਾ ਸੀ, ਹਰਦਿਆਲ ਕਮੋਲ ਜੀ ਵਿਚਾਰੇ ਉਹ ਕਹੀ ਜਾਂਦੇ ਸੀ ਮੈਂ ਕੈਂਡੀਡੇਟ ਹਾਂ, ਤੇ ਜਿਹੜੀ ਆਈਡੀਓਲੋਜੀ ਦੀ ਗੱਲ ਕਹਿ ਰਹੇ ਸੀ ਕਾਂਗਰਸ ਵਾਲੇ। ਮੈਂ ਇਹਨਾਂ ਨੂੰ ਦੱਸਦਿਆਂ ਕਿ 2021 ਤੱਕ ਗਾਂਧੀ ਜੀ ਪਾਣੀ ਪੀ ਕੇ ਕਾਂਗਰਸ ਨੂੰ, ਕਾਂਗਰਸ ਦੀ ਆਈਡੀਓਲੋਜੀ ਨੂੰ, ਕਾਂਗਰਸ ਦੁਆਰਾ ਕੀਤੇ ਕੁਕਰਮਾਂ ਨੂੰ ਗਾਲਾਂ ਕੱਢਦੇ ਹੁੰਦੇ ਸੀ, ਅੱਜ ਆਈਡੀਓਲੋਜੀ ਦੀਆਂ ਗੱਲਾਂ ਕਰਦੇ ਆ। ਤੀਜੀ ਸੁਣ ਲਓ ਇਹਨਾਂ ਦੀ, ਸੁਣ ਤਾਂ ਲਓ। ਇਹ ਕਹਿੰਦੇ ਆ ਜੀ ਸਾਨੂੰ ਅਸੀਂ ਮਿਨਿਸਟਰ ਉਤਾਰਤੇ ਕਿਉਂਕਿ ਸਾਨੂੰ ਪਤਾ ਹੈ ਲੋਕ ਸਾਡੇ ਨਾਲ ਹੈ, ਮਿਨਿਸਟਰ ਵੀ ਜਿਤਾਵਾਂਗੇ ਤੇ 22 ਇਲੈਕਸ਼ਨ ਵੀ ਜਿੱਤਾਂਗੇ। ਅਸੀਂ ਆਪਣੇ ਜਿਹੜੇ ਦਰਸ਼ਕ ਜੁੜੇ ਹੋਏ ਨੇ ਉਹਨਾਂ ਦਾ ਵੀ ਰੁਖ ਕਰਾਂਗਾ, ਪਰ ਪਹਿਲਾਂ ਕਲੇਟ ਸਾਹਿਬ ਦਾ ਰੁਖ ਕਰਦੇ ਹਾਂ, ਸ਼੍ਰੋਮਣੀ ਅਕਾਲੀ ਦਲ ਦਾ। ਕਲੇਟ ਸਾਹਿਬ, ਪਟਿਆਲਾ ਦੀ ਇਸ ਜੰਗ ਦੇ ਵਿੱਚ ਕਿੱਥੇ ਦੇਖਦੇ ਹੋ? ਕਿਉਂਕਿ ਮੈਂ ਪਿਛਲੇ 4-5 ਇਲੈਕਸ਼ਨ ਦਾ ਜ਼ਿਕਰ ਕਰਾਂ, ਕਾਂਗਰਸ, ਆਮ ਆਦਮੀ ਪਾਰਟੀ, ਫਿਰ ਕਾਂਗਰਸ ਵਾਪਸ ਆ ਗਈ। ਇੱਕ ਬਹੁਤ ਕਰੀਬ 2.5 ਦਹਾਕੇ ਪਹਿਲਾਂ ਅਕਾਲੀ ਦਲ ਦੀ ਝੋਲੀ ਇਹ ਸੀਟ ਪਈ ਸੀ, ਔਰ ਇਸ ਵਾਰ ਤਾਂ ਇਹ ਵੀ ਖਾਸ ਹੈ ਕਿ ਬੀਜੇਪੀ ਵੀ ਨਾਲ ਨਹੀਂ। ਦੇਖੋ, ਰਾਜਨੀਤੀ ਹੁੰਦੀ ਹੈ ਵਿਚਾਰਧਾਰਾ ਦੀ, ਜਿਹੜੇ ਮੈਂ ਕਿਸੇ ਨਾਲ ਕੋਈ ਨਿੱਜੀ ਤੂੰ ਮੈਂ ਚ ਨਹੀਂ ਪੈਣਾ ਚਾਹੁੰਦਾ, ਪਰ ਵਿਚਾਰਧਾਰਾ ਦੀ ਲੜਾਈ ਚ ਜੇ ਅੱਜ ਮੈਂ ਕੈਂਡੀਡੇਟਾਂ ਦੀ ਗੱਲ ਕਰਾਂ, ਪੰਜਾਬ ਦੀ ਸਥਿਤੀ ਹੈ, ਪਟਿਆਲੇ ਦੀ ਖਾਸ ਕਰਕੇ ਸਥਿਤੀ ਹੈ ਵੀ ਜਿਹੜੇ ਤਾਂ ਸੀ ਕਾਂਗਰਸ ਦੇ ਉਹ ਤਾਂ ਚੱਲ ਗਏ ਬੀਜੇਪੀ ਚ, ਜਿਹੜੇ ਸੀ ਆਮ ਆਦਮੀ ਪਾਰਟੀ ਵਾਲੇ ਉਹ ਆ ਗਏ ਝਾੜੂ ਦੇ ਵਿੱਚ, ਸੋਰੀ ਇਹਦੇ ਚ ਕਾਂਗਰਸ ਦੇ ਵਿੱਚ। ਹੁਣ ਮੇਰਾ ਅੱਜ ਪਹਿਲਾਂ ਪਟਿਆਲੇ ਵਾਲੇ ਦੱਸ ਦੇਣ ਵੀ ਭਾਈ ਡਾਕਟਰ ਗਾਂਧੀ ਸਾਹਿਬ ਦੀ ਰਾਜਨੀਤਿਕ ਤੌਰ ਤੇ, ਡਾਕਟਰ ਵਧੀਆ ਨੇ, ਉਹਨਾਂ ਦਾ ਰਾਜਨੀਤਿਕ ਜਨਮ ਕਿੱਥੋਂ ਹੋਇਆ ਸੀ? ਅੰਨਾ ਹਜ਼ਾਰੇ ਦੇ ਅੰਦੋਲਨ ਚੋਂ। ਅੰਨਾ ਹਜ਼ਾਰੇ ਦਾ ਅੰਦੋਲਨ ਕਿਹਦੇ ਖਿਲਾਫ ਸੀ? ਜਿਹੜੀ ਕਾਂਗਰਸ ਦਾ ਯੂਪੀਏ ਦਾ ਭ੍ਰਿਸ਼ਟਾਚਾਰ ਸੀ ਉਹਦੇ ਖਿਲਾਫ ਹੀ ਅੰਦੋਲਨ ਸੀ। ਪਟਿਆਲਾ ਗਵਾਹ ਹੈ ਇਸ ਗੱਲ ਦਾ, ਮੰਨਦੇ ਹੋ ਇਸ ਗੱਲ ਨੂੰ? ਉੱਥੋਂ ਇਹਨਾਂ ਦਾ ਅੰਦੋਲਨ ਸ਼ੁਰੂ ਹੋਇਆ, ਫਿਰ ਖੁਦ ਮੁਖਤਿਆਰੀ ਲਿੰਦੇ ਖਹਿਰਾ ਸਾਹਿਬ ਦੇ ਨਾਲ ਅੱਡ ਪਾਰਟੀ ਦੇ ਵਿੱਚ ਚਲੇ ਗਏ। ਤਾਂ ਅੱਜ ਵਿਚਾਰਧਾਰਾ ਕਿੱਥੇ ਆ ਕੇ ਖੜ ਗਈ ਕਿ ਆਪਾਂ ਖੁਦ ਮੁਖਤਿਆਰੀ ਵੀ ਛੱਡੀ, ਆਪਾਂ ਆਮ ਆਦਮੀ ਪਾਰਟੀ ਵੀ ਛੱਡੀ, ਤੇ 2 ਦਿਨ ਪਹਿਲਾਂ ਕਾਂਗਰਸ ਜੁਆਇਨ ਕੀਤੀ, ਤੇ ਖੰਡਿਆਲ ਸਾਹਿਬ ਕਹਿੰਦੇ ਜੀ ਸਰਜੀਕਲ ਸਟ੍ਰਾਈਕ ਹੋ ਗਈ। ਉਹ ਵਿਚਾਰਧਾਰਾ ਦੀ ਸਰਜੀਕਲ ਸਟ੍ਰਾਈਕ ਤਾਂ ਤੁਹਾਡੇ ਕੈਂਡੀਡੇਟਾਂ ਤੇ ਹੋਗੀ, ਤੁਹਾਡੇ ਐਮਐਲਏ ਦੇ ਹੱਕ ਮਾਰੇ ਗਏ, ਤੁਹਾਡੇ ਵਰਕਰਾਂ ਦੇ ਹੱਕ ਮਾਰੇ ਗਏ, ਸਰਜੀਕਲ ਸਟ੍ਰਾਈਕ ਤੁਹਾਡੀ ਪਾਰਟੀ 'ਚ ਹੋਈ, ਤੇ ਤੁਸੀਂ ਕਹਿੰਦੇ ਹੋ ਜੀ ਪਟਿਆਲੇ ਤੇ ਸਰਜੀਕਲ ਸਟ੍ਰਾਈਕ ਹੋਗੀ? ਨਹੀਂ। ਔਰ ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਕੈਂਡੀਡੇਟ ਦੀ ਸਿਲੈਕਸ਼ਨ ਉਹਦੇ ਕੰਮ ਤੇ ਹੋਣੀ ਚਾਹੀਦੀ ਹੈ। ਜੇ ਅੱਜ ਪਟਿਆਲਾ ਵੋਟ ਕਰਦਾ, ਪਟਿਆਲਾ ਕੰਮ ਤੇ ਵੋਟ ਕਰੂਗਾ, ਪਟਿਆਲਾ ਗੱਲਾਂ ਤੇ ਵੋਟ ਨਹੀਂ। ਪਰ ਸਾਰੀਆਂ ਪਾਰਟੀਆਂ ਚਾਹੁੰਦੇ ਆ ਨਾ ਛੱਡ ਕੇ ਦੂਜੀ ਪਾਰਟੀ 'ਚ ਆਏ, ਉਹਨਾਂ ਨੂੰ ਟਿਕਟ ਦੇ ਦਿੱਤੀ, ਆਪਾਂ ਚਾਰੇ ਪਾਰਟੀਆਂ ਖੜੀਆਂ, ਤਕਰੀਬਨ ਹਰ ਪਾਰਟੀ ਦੇ ਵਿੱਚ ਕੋਈ ਨਾ ਕੋਈ ਕੈਂਡੀਡੇਟ ਤੁਹਾਨੂੰ ਪੰਜਾਬ 'ਚ ਮਿਲੇ। ਅਕਾਲੀ ਦਲ ਦੇ ਜਲੰਧਰ ਤੋਂ ਮਹਿੰਦਰ ਸਿੰਘ ਕੇਪੀ ਨੂੰ, ਦੇਖੋ ਮੈਂ ਬੜੇ ਸਪਸ਼ਟ ਤੌਰ ਤੇ ਫਿਰ ਕਹਿਣਾ ਕਿ ਪਟਿਆਲੇ ਦੇ ਵਿੱਚ ਪਟਿਆਲੇ ਦੇ ਲੋਕ ਕੈਂਡੀਡੇਟ ਨੂੰ ਵੋਟ ਪਾਉਣਗੇ। ਕੀ ਪਟਿਆਲੇ ਦੇ ਵਿੱਚ ਇੱਕ ਐਸੇ ਸ਼ਖਸ ਨੂੰ ਵੋਟ ਪਊ ਜਿਹੜਾ ਆਪਣੀ ਵਿਚਾਰਧਾਰਾ ਤੇ ਨਹੀਂ ਖੜਾ ਹੋ ਸਕਿਆ? ਡਾਕਟਰ ਗਾਂਧੀ ਨਹੀਂ ਪੈਂਦੀ, ਮਹਾਰਾਣੀ ਪ੍ਰਨੀਤ ਕੌਰ, ਮਤਲਬ ਤੁਹਾਨੂੰ ਸਰਜੀਕਲ ਸਟ੍ਰਾਈਕ ਨਹੀਂ ਲੱਗਦੀ? ਹੁਣ ਗੱਲ ਸੁਣ ਕੇ ਜਾਓ ਜੀ। ਦੇਖੋ, 4 ਵਾਰੀ ਦੇ MP, 2 ਵਾਰ 1 ਵਾਰ ਦੇ ਮੰਤਰੀ, 2 ਵਾਰ ਦੇ ਚੀਫ ਮਿਨਿਸਟਰ, ਕੀ ਸਵਾਰਿਆ ਜੀ ਉਹਨਾਂ ਨੇ? ਹੁਣ MP ਬਣ ਕੇ ਉਹ ਤੋਂ ਵੱਧ ਤਾਂ ਸਵਾਰ ਨਹੀਂ ਸਕਦੇ। ਤੇ ਰਹੇ ਡਾਕਟਰ ਬਲਬੀਰ ਸਿੰਘ ਆਮ ਆਦਮੀ ਪਾਰਟੀ ਦੇ, ਮੈਂ ਤੱਥਾਂ ਦੇ ਆਧਾਰ ਤੇ ਗੱਲ ਕਰੂੰਗਾ, ਉਹਨਾਂ ਨੂੰ ਤਾਂ CM ਮਾਨ ਨੇ ਸਰਟੀਫਿਕੇਟ ਦਿੱਤਾ ਕਿ ਇਹਨਾਂ ਨੇ ਕੰਮ ਨਹੀਂ ਕੀਤਾ। ਕੀ ਕਹਿੰਦੀ ਸੀ ਆਮ ਆਦਮੀ ਪਾਰਟੀ ਕਿ ਜੀ ਅਸੀਂ ਕੰਮ ਕਰਾਂਗੇ ਹੈਲਥ ਸੈਕਟਰ 'ਚ? ਮੁੱਖ ਮੰਤਰੀ ਨੂੰ ਤਾਂ ਡਿਲੀਵਰੀ ਕਰਾਉਣੀ ਪੈ ਗਈ 40 ਹਸਪੀਟਲ ਜਾ ਕੇ ਜਿਹੜਾ ਬਾਦਲ ਸਾਹਿਬ ਨੇ ਬਣਾਇਆ ਸੀ, ਤੇ ਫਿਰ ਹੈਲਥ ਮਿਨਿਸਟਰ ਨੇ ਕੀ ਕੀਤਾ ਇੰਨੇ ਸਾਲਾਂ ਦੇ ਵਿੱਚ? ਸੋ ਮੈਨੂੰ ਲੱਗਦਾ ਕਿ ਉਹ ਫੇਲ ਹੋ ਗਏ, ਦਿੱਲੀ ਮਾਡਲ ਪੰਜਾਬ ਦੇ ਵਿੱਚ ਫੇਲ ਹੈ। ਸੋ ਪਟਿਆਲੇ ਨੇ ਸਾਰੇ ਨਕਾਰ ਕੇ, NK ਸ਼ਰਮਾ ਜੀ ਉਹ ਪਟਿਆਲੇ ਦੇ ਨੇ, ਪਟਿਆਲੇ ਦੇ ਬਸ਼ਿੰਦੇ ਨੇ, ਵਰਕਰ ਤੋਂ ਹੋਰੇ ਤੱਕ ਦਾ ਸਫ਼ਰ ਤੈਅ ਕਰਕੇ ਆਏ ਨੇ। ਸੋ ਪਟਿਆਲਾ ਉਹਨਾਂ ਤੇ ਭਰੋਸਾ ਕਰਦਾ ਸੀ, ਠੀਕ ਕਰਦਾ ਹੈ ਤੇ ਕਰਦਾ। ਮੈਂ ਸਵਾਲ ਲੈਣੇ, ਪਰ ਉਸ ਤੋਂ ਪਹਿਲਾਂ ਖੜਿਆਲ ਸਾਹਿਬ ਤੁਹਾਡਾ ਇੱਕ ਰਿਐਕਸ਼ਨ ਜ਼ਰੂਰੀ ਹੈ।
ਜਿਹੜਾ ਸਰਜੀਕਲ ਸਟ੍ਰਾਈਕ ਵਾਲਾ ਵਰਡ ਦਾ ਇਸਤੇਮਾਲ ਕੀਤਾ ਨਾ ਜਿਹੜੇ ਬਾਕੀ ਦੇ ਨੁਮਾਇੰਦੇ ਉਹਨਾਂ ਨੂੰ ਕਿਸੇ ਨੂੰ ਲੱਗਦਾ ਕਿ ਤੁਸੀਂ ਬਾਹਰੋਂ ਲਿਆ ਕੇ ਸਰਜੀਕਲ ਸਟ੍ਰਾਈਕ ਕਹਿ ਰਹੇ ਹੋ ਇਹਨਾਂ ਨੂੰ? ਦੇਖੋ ਗੱਲ ਇਸ ਤਰ੍ਹਾਂ ਹੈ ਕਿ ਇਹ ਤਾਂ ਇਹਨਾਂ ਨੂੰ ਉਦੋਂ ਪਤਾ ਲੱਗੂਗਾ ਜਦੋਂ 13-0 ਕਾਂਗਰਸ ਪਾਰਟੀ ਨੇ ਪੰਜਾਬ 'ਚ ਸਵੀਪ ਕਰਤਾ, ਜਦੋਂ ਕਰਦੇ ਆ ਗੱਲ ਮੋਦੀ ਸਾਹਿਬ ਦੀ। ਇਹ ਤੁਹਾਨੂੰ ਯਾਦ ਹੋਊਗਾ ਕਿ ਮੋਦੀ ਸਾਹਿਬ ਉਹ ਦਿਨ ਆਏ ਜਿੱਦਣ ਕਿਸਾਨਾਂ ਦੇ 100 ਦਿਨ ਸ਼ੰਭੂ ਬਾਰਡਰ ਤੇ ਪੂਰੇ ਹੋਏ, ਯਾਨੀ ਕਿ ਗੌਰਵ ਜੀ ਉਹਨਾਂ ਨੇ ਨੂਨ ਛਿੜਕਿਆ ਕਿਸਾਨਾਂ ਦੇ ਜ਼ਖਮਾਂ ਤੇ, ਪੰਜਾਬੀਆਂ ਦੇ ਜ਼ਖਮਾਂ ਤੇ, ਸਾਡੀਆਂ ਉਹ ਭੈਣਾਂ ਦੇ ਮਾਵਾਂ ਦੇ ਜ਼ਖਮਾਂ ਤੇ ਜਿਨ੍ਹਾਂ ਦੇ ਬੱਚੇ ਸ਼ਹੀਦ ਹੋ ਗਏ ਕਾਲੇ ਖੇਤੀ ਕਾਨੂੰਨਾਂ ਵਾਲੇ, ਸ਼ੁਭਕਰਨ ਸ਼ਹੀਦ ਹੋ ਗਿਆ। ਲੇਕਿਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਤੇ ਮੋਦੀ ਸਾਹਿਬ ਨੇ ਇੱਕ ਦਫਾ ਸਾਡੇ ਕਿਸਾਨਾਂ ਕੋਲ ਜਾਣਾ ਠੀਕ ਨਹੀਂ ਸਮਝਿਆ ਤੇ ਪਟਿਆਲੇ ਰੈਲੀ ਕੀਤੀ। ਗੌਰਵ ਜੀ 5500 ਸਿਕਿਉਰਿਟੀ ਪਰਸਨਲ ਇੱਥੇ ਡਿਪਲੋਏ ਕੀਤਾ ਗਿਆ। ਕਿਉਂ ਕੀਤਾ ਗਿਆ? ਕਿਉਂਕਿ ਕਿਸਾਨਾਂ ਤੋਂ ਮੋਦੀ ਸਾਹਿਬ, ਭਾਰਤੀ ਜਨਤਾ ਪਾਰਟੀ ਡਰਦੀ ਹੈ। ਖੜਿਆਲ ਸਾਹਿਬ, ਤੁਹਾਡਾ ਮੁਕਾਬਲਾ ਇਸ ਦਾ ਮਤਲਬ ਬੀਜੇਪੀ ਦੇ ਨਾਲ ਤੁਸੀਂ ਦੇਖ ਰਹੇ ਹੋ, ਤੁਹਾਡੇ ਤੁਹਾਡੇ ਬਿਆਨਾਂ ਦੇ ਵਿੱਚ ਸਿੱਧੇ ਤੌਰ ਤੇ ਬੀਜੇਪੀ ਦਾ ਜ਼ਿਆਦਾ ਜ਼ਿਕਰ ਨਜ਼ਰ ਆ ਰਿਹਾ। ਦੇਖੋ ਗੱਲ ਇਸ ਤਰ੍ਹਾਂ, ਹੁਣ ਮੋਦੀ ਸਾਹਿਬ ਆਏ ਸੀਗੇ, ਮੈਂ ਤਾਂ ਇਹੀ ਗੱਲ ਕਹੂੰਗਾ ਕਿ ਮੋਦੀ ਸਾਹਿਬ ਦੇ ਆਉਣ ਦਾ ਇਹਨਾਂ ਨੂੰ ਨੁਕਸਾਨ ਹੋਊਗਾ। ਜਿਹੜੀ ਇੱਕ ਅੱਧੀ ਸੀਟ ਆ ਰਹੀ ਸੀ ਉਹ ਵੀ ਨਹੀਂ ਆਊਗੀ, ਲੇਕਿਨ ਐਸਏਡੀ ਦੀ ਮੈਂ ਗੱਲ ਜ਼ਿਆਦਾ ਕਰੂੰਗਾ ਨਹੀਂ, ਕਿਉਂਕਿ ਐਸਏਡੀ ਇਹ ਇਲੈਕਸ਼ਨ ਦੇ ਵਿੱਚ ਨਾਨ ਐਗਜ਼ਿਸਟੈਂਟ ਆਪਦੀ ਵੋਟ ਖਰਾਬ ਨਾ ਕਰਿਓ। ਤੀਜੀ ਗੱਲ ਜਿਹੜੀ ਆਮ ਆਦਮੀ ਪਾਰਟੀ ਦੀ ਹੈ, ਇਹਨਾਂ ਨੇ ਜੀ ਇੱਕ ਚੰਗੀ ਗੱਲ ਕੀਤੀ, ਉਹਦਾ ਜਵਾਬ ਦੇਣਾ ਕੈਂਡੀਡੇਟ ਦੀ। ਇਹਨਾਂ ਕੋਲੇ ਲੋਕ ਸਭਾ 'ਚ 1 MP ਸੀਗਾ, ਉਹ ਵੀ ਮੰਗਵਾ, ਉਹ ਵੀ ਪਹਿਲਾਂ ਹੀ ਛੱਡ ਕੇ ਚਲਾ ਗਿਆ। ਫਿਰ ਦੂਜੀ ਗੱਲ, ਇਹਨਾਂ ਦਾ ਪ੍ਰੇਮ ਜ਼ੀਰੋ ਨਾਲ ਬਾਹਲਾ ਜ਼ਿਆਦਾ ਹੈ। ਰਾਜਸਥਾਨ ਨੇ ਵੀ ਜ਼ੀਰੋ ਕੀਤਾ, ਛੱਤੀਸਗੜ੍ਹ ਨੇ ਵੀ ਜ਼ੀਰੋ ਕੀਤਾ, MP ਨੇ ਵੀ ਜ਼ੀਰੋ ਕੀਤਾ, ਤੇ ਹੁਣ ਪੰਜਾਬ ਜ਼ੀਰੋ ਕਰੂਗਾ। ਮੈਂ ਕਾਰਨ ਠੀਕ ਹੈ, ਮੈਂ ਤੁਹਾਡੇ ਤੋਂ ਵਾਪਸ ਆਉਣਾ, ਇੱਕ ਵਾਰੀ ਆਪਾਂ ਸਵਾਲ ਲੈਣੇ ਸ਼ੁਰੂ ਕਰ ਲਈਏ, ਜਿਹੜੇ ਸਾਡੇ ਨਾਲ ਲੋਕ ਜੁੜੇ ਹੋਏ ਨੇ ਉਹਨਾਂ ਤੋਂ ਇੱਕ ਵਾਰੀ ਸਵਾਲ ਲੈਣਾ। ਬਿਲਕੁਲ, ਤੁਸੀਂ ਹੱਥ ਖੜਾ ਕਰ ਦਿਓ, ਅਸੀਂ ਉੱਥੇ ਖੁਦ ਪਹੁੰਚਾਂਗੇ। ਮੇਰਾ ਸਵਾਲ ਆਮ ਆਦਮੀ ਪਾਰਟੀ ਨਾਲ ਹੈ। ਉਹਨਾਂ ਨੇ ਤਾਂ ਅਸੀਂ ਹੁਣ 70,000 ਕਰੋੜ ਦਾ ਇਹ ਕਰਜ਼ਾ ਅਸੀਂ ਹੁਣ ਲਿੱਤਾ ਬਾਏ ਹੈਂਡ। ਉਹ ਕਹਿ ਰਹੇ ਅਸੀਂ ਆਪਣੇ ਮੰਤਰੀ ਜਿਤਾਵਾਂਗੇ ਤੇ ਬਾਏ ਇਲੈਕਸ਼ਨ ਕਰਾਵੇ, ਉਹ ਵੀ ਜਿੱਤਾਂਗੇ, ਉਹ ਵੀ ਕਰਜ਼ਾ ਸਾਡੇ ਸਿਰ ਤੇ ਪਾਉਣਾ ਇਹਨਾਂ ਨੇ। ਤੁਹਾਨੂੰ ਲੱਗਦਾ ਕਰਜ਼ੇ ਨੂੰ ਲੈ ਕੇ ਸਵਾਲ ਹੈ? ਠੀਕ ਹੈ ਪਾਸੀ ਸਾਹਿਬ, ਮੈਂ ਤੁਹਾਡੇ ਕੋਲ ਆਉਂਗਾ, ਹੋਰ ਸਵਾਲ। ਮੇਰਾ ਸਵਾਲ ਕਾਂਗਰਸ ਨੂੰ ਆ ਜੀ, ਤੁਹਾਡੇ ਪੁਰਾਣੇ ਕੈਪਟਨ ਅਮਰਿੰਦਰ ਸਿੰਘ ਮਹਿਲ 'ਚ ਵੜ ਜਾਂਦੇ ਸੀ, ਹੁਣ ਤੁਸੀਂ ਡਾਕਟਰ ਗਾਂਧੀ ਨੂੰ ਲੈ ਕੇ ਆਏ ਹੋ, ਉਹ ਕਿੰਨਾ ਕੁ ਜਸਟੀਫਾਈ ਕਰ ਸਕਦੇ ਆ ਪਟਿਆਲਾ ਦੇ ਮੁੱਦਿਆਂ ਨੂੰ? ਜੀ, ਹੋਰ ਸਵਾਲ। ਮੈਂ ਸਰਕਾਰੀ ਧਿਰ ਹੈ ਜਿਹੜੀ ਸੱਤਾ ਧਿਰ, ਇਹਨਾਂ ਤੋਂ ਸਵਾਲ ਪੁੱਛਣਾ ਚਾਹੁੰਦਾ। ਇਹ ਕੈਂਡੀਡੇਟਾਂ ਦੀ ਗੱਲ ਕਰਦੇ ਨੇ ਵੀ ਡਾਕਟਰ ਗਾਂਧੀ ਬਾਹਰੋਂ ਨੇ, ਡਾਕਟਰ ਗਾਂਧੀ ਪਟਿਆਲੇ ਦੇ ਵਸ਼ਿੰਦੇ ਨੇ, ਪਟਿਆਲੇ ਦੇ ਲੋਕਾਂ ਦੀ ਮੰਗ ਤੇ ਟਿਕਟ ਮਿਲੀ ਹੈ। ਦੂਜੀ ਗੱਲ, ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ, ਦੂਜੀਆਂ ਪਾਰਟੀਆਂ ਦੇ ਐਲੀਗੇਸ਼ਨ ਲਾ ਰਹੇ ਨੇ, ਰਾਜਕੁਮਾਰ ਚੱਬੇਵਾਲ 2 ਦਿਨ ਪਹਿਲਾਂ ਇਹਨਾਂ ਨੂੰ ਵਿਧਾਨ ਸਭਾ 'ਚ ਗਾਲਾਂ ਕੱਢ ਰਿਹਾ ਸੀ, ਉਹਨੂੰ ਇਹਨਾਂ ਨੇ ਨਾਲੇ ਲਾ ਕੇ ਕੀ ਉਹ ਦੁੱਧ ਧੋਤਾ? ਇਹਦਾ ਮਤਲਬ ਜਿਹੜਾ ਇਹ ਕਹਿ ਰਹੇ ਨੇ ਇਹ ਬਾਹਰ ਦੀਆਂ ਪਾਰਟੀਆਂ, ਜੋ ਦਲਵੀਰ ਗੋਲਡੀ ਉਹ ਦੁੱਧ ਧੋਤਾ ਹੋ ਗਿਆ ਹੁਣ, ਜਿਹਨੂੰ ਵਿਜੀਲੈਂਸ ਦੇ ਦਬਕੇ ਮਾਰਦੇ ਸੀ, ਰਿੰਕੂ ਆਪਣਾ ਇਹ GP ਇਹ ਤਾਂ ਸਾਰੇ ਠੀਕ ਹੈ ਜੀ। ਸਰ, ਮੇਰਾ ਸਵਾਲ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ, ਜਿਹੜੀ ਪੰਜਾਬ ਦਾ ਰਿਮੋਟ ਕੰਟਰੋਲ ਦਿੱਲੀ ਸੀਗਾ, ਅੱਜ ਇਹ ਦੋਨੇ ਦਿੱਲੀ ਇਕੱਠੇ ਹੋ ਗਏ, ਅੱਜ ਕਾਂਗਰਸ ਉਹ ਰਿਮੋਟ ਦੇ ਵਿੱਚ ਸੈੱਲ ਦਾ ਕੰਮ ਕਰ ਰਹੀ ਹੈ, ਇਹ ਸੈੱਲ ਕਦ ਤੱਕ ਵੈਲਿਡਿਟੀ ਹੈ? ਕੀ ਇਹ ਰਿਮੋਟ ਦੇ ਵਿੱਚ ਜਿਹੜੇ ਸੈੱਲ ਕਾਂਗਰਸ ਪਾ ਰਹੀ ਹੈ ਆਮ ਆਦਮੀ ਪਾਰਟੀ ਦੇ ਰਿਮੋਟ ਦੇ ਵਿੱਚ, ਉਹ ਕੀ 1 ਤਰੀਕ ਤੱਕ ਉਹਦੀ ਵੈਲਿਡਿਟੀ ਹੈ? ਤੇ 2 ਕਿਲੋਮੀਟਰ ਬਾਅਦ ਇਹਨਾਂ ਦੀ ਵਿਚਾਰਧਾਰਾ ਕਿਵੇਂ ਸੇਮ ਹੋ ਰਹੀ ਹੈ ਤੇ ਅਲੱਗ ਹੋ ਰਹੀ ਹੈ? ਠੀਕ ਹੈ, ਚਲੋ ਜਵਾਬ ਲਵਾਂਗੇ, ਇੱਕ ਛੋਟਾ ਜਿਹਾ ਸਵਾਲ ਇੱਥੇ ਕੁਝ ਪੁੱਛਣਾ ਜਾ ਰਹੇ ਜੀ। ਮੇਰਾ ਸਵਾਲ ਖੰਡਿਆਲ ਸਾਹਿਬ ਨੂੰ ਹੈ, ਜਿਹੜੇ ਉਹ ਕਹਿ ਰਹੇ ਨੇ ਕਿ ਕਿਸਾਨਾਂ ਦੇ ਉੱਤੇ, ਜ਼ਖਮਾਂ ਦੇ ਉੱਤੇ ਲੂਣ ਛਿੜਕਿਆ ਗਿਆ, ਕਿ ਜਦੋਂ ਬਲੂ ਸਟਾਰ ਹੋਇਆ ਸੀ ਉਦੋਂ ਸਾਡੇ ਪੰਜਾਬੀਆਂ ਦੇ ਉੱਤੇ ਜ਼ਖਮਾਂ ਤੇ ਲੂਣ ਨਹੀਂ ਛਿੜਕਿਆ ਸੀ, ਤੇ ਉਹਦੀ ਮਾਫੀ ਰਾਹੁਲ ਗਾਂਧੀ ਜੀ ਨੇ ਕਿਉਂ ਨਹੀਂ ਮੰਗੀ ਤੇ ਡਾਕਟਰ ਮਨਮੋਹਨ ਸਿੰਘ ਤੋਂ ਮਾਫੀ ਮੰਗਵਾ ਕੇ ਦੁਬਾਰਾ ਸਾਡੇ ਜ਼ਖਮਾਂ ਨੂੰ ਕਿਉਂ ਖਰੀਦਿਆ ਗਿਆ ਜੀ? ਠੀਕ ਹੈ, ਚਲੋ ਮੈਨੂੰ ਲੱਗਦਾ ਕਿ ਜਵਾਬ ਕਾਂਗਰਸ ਔਰ ਆਮ ਆਦਮੀ ਪਾਰਟੀ ਦੇ ਕੋਲ ਜ਼ਿਆਦਾ ਆਇਆ। ਪਾਸੀ ਸਾਹਿਬ, ਬਿਲਕੁਲ, ਪਹਿਲਾਂ ਤਾਂ ਮੈਂ ਇਹਨਾਂ ਨੂੰ ਜਿਹੜੇ ਭਰਾ ਕੈਂਡੀਡੇਟਰ ਦਾ ਜ਼ਿਕਰ ਹੋਇਆ ਉਸ ਤੇ ਜਵਾਬ ਦੇ ਦਿਓ ਕਿ ਤੁਸੀਂ ਕਿਹਾ ਵੀ ਇੱਥੇ ਮੰਗਵੇਂ ਕੈਂਡੀਡੇਟ ਲੈ ਕੇ ਆਏ ਆ, ਸਾਰੀਆਂ ਪਾਰਟੀਆਂ ਦੇ ਵਿੱਚ ਇਹੀ ਹਾਲ ਹੈ। ਮੈਂ ਇੱਕ ਚੀਜ਼ ਦੱਸਣਾ ਚਾਹ ਰਿਹਾ ਕਿ ਕਾਂਗਰਸ ਦੇ ਜਿਹੜੇ ਭਰਾ ਬੋਲ ਰਹੇ ਸੀ ਕਿ ਤੁਸੀਂ ਮੰਗਵੇਂ ਕੈਂਡੀਡੇਟ ਲੈ ਕੇ ਆਏ, ਸੰਧੂ ਸਾਹਿਬ ਕਾਂਗਰਸ ਦੇ ਸਪੋਕਸਮੈਨ ਵੀ ਹੈ ਇਹ,
ਤੇ ਮੈਂ ਇਹਨਾਂ ਨੂੰ ਦੱਸਣਾ ਚਾਹ ਰਿਹਾ ਕਿ ਸਭ ਤੋਂ ਬੁਰੀ ਹਾਲਤ ਭਾਈ ਤੁਹਾਡੇ ਇਨਡਿਸਿਪਲਿਨ ਕਰਕੇ ਤੁਹਾਡੀ ਹੋਈ ਪਈ ਹੈ। ਤੁਹਾਡੇ ਰੱਥ ਦੇ 7 ਘੋੜੇ ਆ, 7 ਅਲੱਗ ਅਲੱਗ ਦਿਸ਼ਾ ਚ ਭੱਜਦੇ ਆ, ਚਾਹੇ ਉਹ ਸੁਖਜਿੰਦਰ ਰੰਧਾਵਾ ਜੀ। ਤੁਸੀਂ ਆਪਣਾ ਦੱਸੋ। ਉਹੀ ਦੱਸ ਰਿਹਾ, ਜਿਹੜੇ ਬੰਦੇ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਆ ਔਰ ਸਾਨੂੰ ਲੱਗਿਆ ਕਿ ਹਾਂ ਇਹ ਬੰਦੇ ਸੇਵਾ ਕਰਨਾ ਚਾਹੁੰਦੇ ਆ ਔਰ ਇਹ ਜਿਹੜਾ ਹੈ ਜੀ ਇਹਨਾਂ ਚ ਲੋਕਾਂ ਪ੍ਰਤੀ ਸਹਿਚਾਰ ਵੀ ਹੈ, ਵਿਨੇਬਿਲਟੀ ਵੀ ਹੈ, ਓਨੈਸਟੀ ਵੀ ਹੈ, ਅਸੀਂ ਉਹਨਾਂ ਨੂੰ ਟਿਕਟਾਂ ਦਿੱਤੀਆਂ। ਉਹ ਵੀ ਉਹੀ ਕਹਿ ਰਹੇ ਨੇ, ਫਿਰ ਉਹ ਵੀ ਉਹੀ ਕਹਿ ਰਹੇ ਨੇ ਵੀ ਜਿਹੜੇ ਸੇਵਾ ਕਰਨੀ ਚਾਹੁੰਦੇ ਆ। ਉਹ ਕੁਐਸਚਨ ਤਾਂ ਉਹਨਾਂ ਨੇ ਕੀਤਾ ਨਾ, ਪਹਿਲੀ ਚੀਜ਼। ਚਲੋ ਮੈਂ ਦੂਜਾ ਸੁਣ ਲਾ, ਇੱਕ ਮਿੰਟ ਕਰਜ਼ੇ ਤੇ ਵੀ ਦੱਸਦਾ। ਇੱਕ ਭਰਾ ਮੇਰਾ ਕਰਜ਼ੇ ਤੇ ਬੋਲ ਰਿਹਾ ਸੀ, ਉਹ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਨੇ ਪਾਇਆ ਹੋਇਆ ਸੀਗਾ। ਮੈਂ ਉਹਨਾਂ ਨੂੰ ਦੱਸਣਾ ਚਾਹ ਰਿਹਾ ਕਿ ਅਸੀਂ ਤਾਂ ਲੋਕਾਂ ਨੂੰ ਸਹੂਲਤਾਂ ਦੇ ਰਹੇ ਹਾਂ, ਅਸੀਂ ਤਾਂ ਕਰਜ਼ਾ ਮੋੜਿਆ ਵੀ ਹੈ, 20,200 PSPCL ਦਾ ਦਿਆ, 9,000 crore ਪਿਛਲੀ ਸਰਕਾਰਾਂ ਦਾ ਜਿਹੜਾ PSPCL ਦਾ ਸੀਗਾ, 1800 ਰੁਪਏ ਕਿਸ਼ਤ ਨਾਲ ਮੋੜ ਰਿਹਾ। ਇਹ ਤਾਂ ਪਾਣੀ ਚ ਬਸਾਂ ਚਲਾ ਕੇ ਹੀ 1.25 ਲੱਖ ਕਰਜ਼ਾ ਲੈ ਗਏ। ਛੋਟਾ ਜਿਹਾ ਮੈਂ, ਮੇਰੀ ਬੇਨਤੀ ਆ, ਮੈਂ ਤਾਂ ਇੱਕ ਗੱਲ ਆਖੀ ਸੀਗੀ ਕਿ ਬਿਜਲੀ ਆਉਂਦੀ ਨੀ, ਉਹ ਪਟਿਆਲੇ ਦਾ ਮੁੱਦਾ ਹੈ, ਠੀਕ ਹੈ, ਬਿੱਲ ਆਉਂਦੇ ਨੀ, ਉਹ ਕਿੱਥੋਂ ਲਾਉਣਗੇ, 1,000 ਰੁਪਇਆ ਮਹਿਲਾਵਾਂ ਦਾ ਮੁੱਦਾ ਹੈ। ਮੈਂ ਗੱਲ ਪੁੱਛੀ ਸੀ ਪ੍ਰਿਅੰਕਾ ਗਾਂਧੀ, ਰਾਹੁਲ ਗਾਂਧੀ ਨੇ ਝਾੜੂ ਨੂੰ ਵੋਟ ਪਾਈ ਹੈ, ਉਹਦੇ ਜਵਾਬ ਹੀ ਕੋਈ ਨੀ ਦਿੰਦੇ ਪਏ। ਖੜਿਆਲ ਸਾਹਿਬ ਤੋਂ ਲੈ ਲੈਣੇ ਜਵਾਬ, ਚੰਡੀਗੜ੍ਹ ਮੇਅਰ ਪੋਲ ਚ ਸ਼੍ਰੋਮਣੀ ਅਕਾਲੀ ਦਲ ਨੇ ਬੀਜੇਪੀ ਦੇ ਹੱਕ ਚ ਪਈ ਸੀ, ਤੇ ਖੁਦਾ ਨਾ ਖਾਸਤਾ ਜੇ ਇੱਕ ਅੱਧਾ MP ਸ਼੍ਰੋਮਣੀ ਅਕਾਲੀ ਦਲ ਦਾ ਆ ਗਿਆ ਤਾਂ ਇਹ ਬੀਜੇਪੀ ਦੇ ਮਗਰ ਬੈਠਣਗੇ, ਵੋਟ ਮੋਦੀ ਸਾਹਿਬ ਨੂੰ ਪਾਉਣਗੇ ਕਿਹਨੂੰ ਪਾਉਣਗੇ। ਦੂਜੀ ਗੱਲ, ਪ੍ਰਿਅੰਕਾ ਗਾਂਧੀ ਨੇ ਆਮ ਆਦਮੀ ਪਾਰਟੀ ਨੂੰ ਪਾਈ ਹੈ ਵੋਟ। ਨਹੀਂ, ਮੈਂ ਉਹਦਾ ਜਵਾਬ ਦੇਦਾ, ਇੱਕ ਸੈਕਿੰਡ। ਦੇਸ਼ ਦੇ ਵਿੱਚ ਇੰਡੀਆ ਅਲਾਇੰਸ ਕਿਉਂ ਬਣਿਆ? ਸੰਵਿਧਾਨ ਬਚਾਉਣ ਲਈ, ਰਿਜ਼ਰਵੇਸ਼ਨ ਬਚਾਉਣ ਲਈ, ਲੋਕਤੰਤਰ ਬਚਾਉਣ ਲਈ ਤੇ ਦੇਸ਼ ਬਚਾਉਣ ਲਈ। ਪੰਜਾਬ ਚ ਨਾ ਕੱਲ ਅਲਾਇੰਸ ਸੀਗਾ ਨਾ ਅੱਗੇ ਹੋਊਗਾ। ਅਖੀਰਲੀ ਚੀਜ਼, ਆਮ ਆਦਮੀ ਪਾਰਟੀ ਦੀ ਇੱਕ ਦੇਣਾ ਪਟਿਆਲੇ ਦੇ ਵਿੱਚ ਲਾਅ ਐਂਡ ਆਰਡਰ ਚ ਬਹੁਤ ਵੱਡਾ। ਇੱਕ ਸੈਕਿੰਡ ਜੀ, ਲਾਅ ਐਂਡ ਆਰਡਰ ਦਾ ਇਸ਼ੂ ਪਟਿਆਲੇ ਦੇ ਵਿੱਚ ਬਹੁਤ ਵੱਡਾ। ਪਟਿਆਲਾ ਕਲੈਸ਼ ਸਭ ਨੂੰ ਯਾਦ ਆ ਰਿਹਾ, ਪਟਿਆਲਾ ਕਲੈਸ਼ ਹੋਇਆ, ID ਬੰਬ ਮਿਲੇ, RPG ਇੰਟੈਲੀਜੈਂਸ ਹੈੱਡਕੁਆਰਟਰ ਸਟਿਫਾਇਰ ਹੋਇਆ, ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਅਜਨਾਲਾ ਕਾਂਡ ਹੋਇਆ, ਨਸ਼ੇ ਕਰਕੇ ਮੌਤਾਂ ਸਭ ਤੋਂ ਵੱਧ ਪੰਜਾਬ ਚ ਹੋਈਆਂ, ਰੇਪ ਇੰਸੀਡੈਂਟ। ਚਲੋ ਜਵਾਬ ਛੋੜਾ ਜਿਹਾ ਲੈ ਕੇ ਆਇਆ ਮੈਂ ਤੁਹਾਡੇ ਕੋਲ, ਇਹ ਆਪ ਦੀ ਦੇ, ਠੀਕ ਹੈ, ਛੋੜਾ ਜਵਾਬ ਪੰਜਾਬ ਛੋੜਾ ਜਿਹਾ ਸਵਾਲ। ਬਸ ਮੈਂ ਇਹਨਾਂ ਨੂੰ ਦੱਸਣਾ ਚਾਹ ਰਿਹਾ ਵੀ ਜਿਹੜੇ ਲਾਅ ਐਂਡ ਆਰਡਰ ਦੀ ਗੱਲ ਕਰ ਰਹੇ ਆ ਨਾ ਕਾਂਗਰਸ ਵਾਲੇ, ਇਹਨਾਂ ਦੀ 2021 ਚ ਸਰਕਾਰ ਸੀ ਤੇ ਪੰਜਾਬ ਦੇ ਵਿੱਚ 757 ਮਰਡਰ, 1787 ਡਕੈਤੀਆਂ, 2020 ਚ 961 ਮਰਡਰ, 2000 ਅੰਕੜਿਆਂ ਦਾ ਜਸਟੀਫਾਈ ਨਹੀਂ ਹੋ ਸਕਦਾ ਨਾ ਕਿ ਸਾਡੀ ਵਾਰ ਨੂੰ 10 ਘੱਟ ਹੋ ਗਏ, ਉਹਨਾਂ ਦੀ ਵਾਰ ਨੂੰ 15 ਜ਼ਿਆਦਾ। ਲੈਣੀ ਹੈ ਅਸੀਂ ਤਾਂ ਐਕਸ਼ਨ ਲਿਆ, ਅਸੀਂ ਤਾਂ ਜੇ ਕਿਤੇ ਕੋਈ ਕ੍ਰਾਈਮ ਹੋਇਆ ਨਾਲ ਦੀ ਨਾਲ ਐਕਸ਼ਨ ਲਿਆ। ਸਿੱਧੂ ਮੂਸੇਵਾਲਾ ਦੇ ਕੇਸ 'ਚ 29 ਬੰਦਿਆਂ ਦੇ ਟ੍ਰਾਇਲ ਚੱਲ ਰਿਹਾ, ਇਹਨਾਂ ਦੇ ਟਾਈਮ ਤਾਂ ਪੁਸ਼ਤ ਬਣਾਈ ਮਿਲਦੀ ਸੀ, ਐਕਸ਼ਨ ਨਹੀਂ ਸੀ ਹੁੰਦਾ। ਚਲੋ ਗੌਰਵ ਜੀ, ਤੁਸੀਂ ਜਵਾਬ ਕਿਹਨਾਂ ਨੂੰ ਮੰਗੀ ਜਾਂਦੇ ਹੋ? ਦੋਨੋਂ ਅਲਾਇੰਸ ਪਾਰਟਨਰ ਨੂੰ ਟਾਈਮ ਦੇਈ ਜਾਂਦੇ ਹੋ, ਸਾਡੇ ਜਵਾਬ ਨੇ ਸਾਡੇ। ਉਹ ਕਹਿੰਦੇ ਹੋ ਜਿਹੜੇ ਚੌਥੇ ਨੰਬਰ ਉਧਰਲੇ ਪਾਸੇ ਆ ਉਹਨਾਂ ਨਾਲ ਤੁਹਾਡਾ ਅਲਾਇੰਸ ਹੈ, ਤੁਹਾਡਾ ਅਲਾਇੰਸ ਆ ਅਕਾਲੀ ਦਲ, ਦੋਹੇ ਰੜੇ ਹੋਏ ਆ। ਮੈਂ ਪੁੱਛਦਾ ਪ੍ਰਿਅੰਕਾ ਗਾਂਧੀ ਨੇ ਝਾੜੂ ਨੂੰ ਵੋਟ ਕਿਉਂ ਪਾਈ? ਉਹਦਾ ਜਵਾਬ ਨਹੀਂ ਦਿੰਦੇ। ਰਾਹੁਲ ਗਾਂਧੀ ਨੇ ਝਾੜੂ ਨੂੰ ਵੋਟ ਕਿਉਂ ਪਾਈ? ਪਹਿਲੀ ਵਾਰ ਪੰਜੇ ਨੇ ਵੋਟ ਨਹੀਂ ਪਾਈ ਹੈਗੀ, ਇਹਨਾਂ ਦਾ ਸਵਾਲ ਕਿਆ ਕਰੀਏ? ਇਹ ਠੋਕੇ ਲਾਏ ਲੋਕ ਨੇ, ਜਿਹੜਾ ਪੰਜਾਬ ਦੀ ਜਨਤਾ ਜਾਣਦੀ ਹੈ। ਕਲੇਰ ਸਾਹਿਬ ਦਾ ਜਵਾਬ ਲੈ, ਕਲੇਰ ਸਾਹਿਬ ਦਾ। ਦੇਖੋ ਜੀ ਯਾਰ, ਸਾਰੇ ਬੈਠੇ ਨੇ, ਦੋਵੇਂ ਹੁਣ ਤੁਹਾਡੇ ਕੋਲ ਸਵਾਲ ਲਵਾਂਗੇ ਅਸੀਂ ਨਾ ਜੀ ਜੀ। ਕਲੇਰ ਸਾਹਿਬ ਕੰਪਲੀਟ ਕਰ ਲਓ। ਦੇਖੋ, 2 ਦਿਨ ਪਹਿਲਾਂ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਬਲਕੌਰ ਸਿੰਘ ਨੇ ਇੰਟਰਵਿਊ ਦਿੱਤੀ ਹੈ। ਉਹ ਕਹਿੰਦੇ ਵੀ ਇਹਦੇ ਜਿਹੜੇ ਭਗਵੰਤ ਮਾਨ ਦੇ ਦਫ਼ਤਰ ਦੇ ਵਿੱਚ 2 ਬੰਦੇ ਬੈਠੇ ਨੇ, ਇੱਕ ਆਯੂਸ਼ੀ, ਇੱਕ ਬਲਤੇਜ ਪੰਨੂ, ਉਹਨਾਂ ਨੇ ਮੇਰੇ ਬੇਟੇ ਦੀ ਸਿਕਿਉਰਿਟੀ ਲੀਕ ਕੀਤੀ ਹੈ। ਮੈਨੂੰ ਇਨਸਾਫ਼ ਦਿਵਾਓ, ਬੋਲੋ ਪਾਸੀ ਸਾਹਿਬ, ਕਿਹੜਾ ਇਨਸਾਫ਼ ਹੋ ਗਿਆ ਜੀ? ਫਿਰ ਤੁਹਾਡਾ MLA, ਮੈਂ ਕਦੇ ਬਿਨਾਂ ਫੈਕਟ ਤੋਂ ਗੱਲ ਨਹੀਂ ਕਰਦਾ, ਆਹ ਕੁੰਵਰ ਵਿਜੇ ਪ੍ਰਤਾਪ ਤੁਹਾਡਾ MLA ਹੈ, ਉਹ ਕਹਿੰਦਾ ਵੀ ਅੰਮ੍ਰਿਤਸਰ ਚ ਰਾਘਵ ਚੱਡਾ ਨਸ਼ਾ ਪਕਾਉਂਦਾ। ਹੁਣ ਦੱਸੋ ਜੀ, ਕੁੰਵਰ ਪ੍ਰਤਾਪ ਵੀ ਅੱਜ ਤੁਹਾਡੀ ਪਾਰਟੀ ਚ, ਰਾਘਵ ਚੱਡਾ ਵੀ ਹੈ, ਦੋਨਾਂ ਚੋਂ ਕਿਹੜਾ ਗਲਤ ਹੈ? ਇਹ ਵੀ ਪਟਿਆਲੇ ਨੂੰ ਦੱਸੋ, ਆਹ DGP ਨੂੰ
ਹਾਈ ਕੋਰਟ ਨੇ ਕਿਹਾ ਕਿ ਜੀ ਤੁਹਾਡੀ ਸਰਕਾਰ ਨਸ਼ਾ ਵਿਕਾਰੀ ਆ ਆਮ ਆਦਮੀ ਪਾਰਟੀ ਦੀ, ਦੱਸੋ ਜੀ ਇਹ ਤੇ ਕੀ ਕਹਿਣਾ। ਆ ਸੁਪਰੀਮ ਕੋਰਟ ਕਹਿੰਦੀ ਕਿ 338 ਕਰੋੜ ਦਾ ਘੁਟਾਲਾ ਆਮ ਆਦਮੀ ਪਾਰਟੀ ਨੇ ਕੀਤਾ, ਦੱਸੋ ਜੀ ਕੀ ਜਵਾਬ ਹੈ। ਸੋ ਮੁੱਖ ਮੰਤਰੀ ਸਾਹਿਬ ਕਿਹੜੇ ਹੌਸਲੇ 'ਚ ਗੱਡੀ ਦੀ ਛੱਤ 'ਤੇ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ? 2 ਸਾਲਾਂ ਦੇ ਵਿੱਚ ਕੀ ਪੰਜਾਬ ਦਾ ਮਸਲਾ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਨੇ? ਮੈਂ ਕਹਿੰਦਾ PSF 40 ਕਿਲੋਮੀਟਰ ਅੰਦਰ ਆ ਗਈ ਅਮਿਤ ਸ਼ਾਹ ਨਾਲ ਮੀਟਿੰਗ ਕਰਕੇ, ਯਾਰ ਤਾਂ ਦੱਬ ਗਿਆ। ਜਿੱਦਣ ਕੇਜਰੀਵਾਲ ਕੋਲੇ ਸਾਰਾ ਪੰਜਾਬ ਗਿਰਵੀ ਰੱਖਤਾ, ਯਾਰ ਦੱਬ ਗਿਆ। ਠੀਕ ਹੈ, ਜਿਹੜੇ ਸੁਖਪਾਲ ਖਹਿਰਾ ਨੂੰ ਇਹ ਸਵੇਰੇ 6 ਵਜੇ ਘਰੋਂ ਚੱਕਣ ਗਏ ਸੀ, ਇਹ ਕਹਿੰਦੇ ਸੀ ਸੁਖਪਾਲ ਖਹਿਰਾ ਨਾਲੋਂ ਤਾਂ ਵੱਡਾ ਦੱਗ ਦਾ ਤਸਕਰ ਹੀ ਕੋਈ ਨੀ। ਹੁਣ ਸੁਪਰੀਮ ਕੋਰਟ ਜਾ ਕੇ ਕਹਿੰਦੇ ਜੀ ਅਸੀਂ ਕੇਸ ਨੀ ਚਲਾਉਣਾ, ਫਿਰ ਸਮਝੌਤੇ ਤਹਿਤ ਨੀ ਚਲਾਉਣਾ। ਸਭ ਜਵਾਬ ਲੈ ਲਈਏ, ਜਵਾਬ ਲੈ ਲਈਏ, ਬਹੁਤ ਸਾਰੇ ਸਵਾਲ ਲੋਕਾਂ ਦੇ ਵੀ ਰਹੇ ਨੇ ਜੀ, ਅਸੀਂ ਚਲੋ ਜਵਾਬ ਲੈ ਲਈਏ। ਪਹਿਲੀ ਗੱਲ ਤਾਂ ਜਿਹੜਾ ਨਸ਼ਾ ਹੈ ਉਹ ਇਹਨਾਂ ਦੀ ਉਹ ਪਾਰਟੀ ਦੇ ਸਮੇਂ ਪੰਜਾਬ ਨੂੰ ਦੇਣ ਹੈ। ਇਹਨਾਂ ਦੀ ਪਾਰਟੀ ਦੇ ਸਮੇਂ ਪੰਜਾਬ ਦੇ ਵਿੱਚ ਨਸ਼ਾ ਚਿੱਟਾ ਇੰਟਰੋਡਿਊਸ ਹੋਇਆ, 52 ਗੈਂਗਸਟਰ ਗਰੁੱਪ ਇਹਨਾਂ ਦੀ ਪਾਰਟੀ ਸਮੇਂ ਬਣੇ, ਉਹ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਜਿਹੜੇ ਲੀਡਰ ਦਾ ਲੈਣ ਦਾ ਗੱਲ ਹੋਈ ਸੀ ਉਹ ਇਹਨਾਂ ਦੀ ਪਾਰਟੀ ਦਾ ਸੀ। ਇਹਨਾਂ ਨੂੰ ਇਹ ਗੱਲਾਂ ਕਰਦੇ ਹੋਏ ਘੱਟੋ ਘੱਟ ਆਪਣੀ ਮੈਨੂੰ ਨਾ ਜੀ ਬੜੀ ਹਾਸੀ ਆਉਂਦੀ ਹੈ, ਸੁਣ ਲਓ ਇਹਨਾਂ ਨੂੰ ਪੁੱਛੋ, 1 ਮਿੰਟ ਵੀ 2 ਸਾਲ ਤੋਂ ਸੁੱਤੇ ਪਏ ਸੀ, ਜੇ ਕਿਸੇ ਨੇ ਗਲਤ ਕੰਮ ਕੀਤਾ ਕਾਰਵਾਈ ਕਿਉਂ ਨਹੀਂ ਕੀਤੀ? ਜਵਾਬ ਸੁੱਤੇ ਪਏ ਸੀ ਤੁਸੀਂ 2 ਸਾਲ ਦੀ ਗੱਲ ਪੂਰੀ ਕਰੋ, ਗੱਲ ਪੂਰੀ ਸੁਣ ਲਓ ਜਵਾਬ ਪਬਲਿਕ ਦੇ ਵਿੱਚ। ਦੂਜੀ ਸੁਣ ਲਓ ਇਹ ਯਾਰ ਦੱਬਣ ਨੂੰ ਫਿਰਦੇ ਆ ਨਾ, ਦਬਤਾ ਇਹ ਉਦਣ ਗਏ ਸੀ ਜਦੋਂ ਪੰਜਾਬ ਦੇ ਹੱਕ ਇਹਨਾਂ ਨੇ ਆਪਣੇ ਫਰਚਨਲ ਮਫਾਦਾਂ ਦੇ ਲਈ SYL ਦੇ ਰੂਪ ਚ, ਚੰਡੀਗੜ੍ਹ ਦੇ ਰੂਪ ਚ, ਦਿੱਲੀ ਦੇ ਵਿੱਚ ਗਰਵੇ ਰੱਖਦੇ ਸੀ। ਔਰ ਸਾਡਾ ਭਗਵੰਤ ਮਾਨ ਅੱਜ ਵੀ ਲੜ ਰਿਹਾ, ਸਾਡਾ ਭਗਵੰਤ ਮਾਨ ਅੱਜ ਵੀ ਖੜਾ ਪੰਜਾਬ ਦੇ ਹੱਕਾਂ ਦੇ ਲਈ। ਚਲੋ ਸਵਾਲ ਲਈਏ ਲੋਕਾਂ ਦੇ ਨਾਲ, ਜ਼ਿਆਦਾ ਸਥਾਨਕ ਮੁੱਦੇ ਉਹਨਾਂ ਦਾ ਜੇ ਅਸੀਂ ਜ਼ਿਕਰ ਕਰ ਲਈਏ। ਸਰ ਮੇਰਾ ਸਵਾਲ ਹੈਗਾ BJP ਦੇ ਭਾਈ ਸਾਹਿਬ ਨਾਲ, ਇਹ ਕਹਿ ਰਹੇ ਸੀ ਕਿ ਰਾਹੁਲ ਗਾਂਧੀ ਜੀ ਤੇ ਪ੍ਰਿਯੰਕਾ ਗਾਂਧੀ ਜੀ ਝਾੜੂ ਨੂੰ ਵੋਟ ਦੇ ਕੇ ਆਏ ਨੇ, ਇਹ ਦਾਵਾ ਕਰਦੇ ਨੇ ਕਿ ਵੀ ਜੰਮੂ ਕਸ਼ਮੀਰ ਚ ਅਸੀਂ 370 ਹਟਾਤੀ, ਕਿਆ ਇਹਨਾਂ ਦਾ ਜੰਮੂ ਕਸ਼ਮੀਰ ਦੇ ਵਿੱਚ ਕੋਈ ਕੈਂਡੀਡੇਟ ਖੜਾ? ਠੀਕ ਹੈ, ਚਲੋ ਹੋਰ ਸਵਾਲ ਲੈ ਲਈਏ ਇੱਕ ਦੋ। ਅੱਜ ਆਪਾਂ ਪਟਿਆਲਾ ਦੇ ਵਿੱਚ ਕਰ ਰਹੇ ਹਾਂ ਡਿਬੇਟ, ਜਦੋਂ ਸਾਡਾ ਪਟਿਆਲਾ ਪਾਣੀ ਚ ਡੁੱਬ ਰਿਹਾ ਸੀਗਾ ਹੜਾਂ ਦੇ ਵਿੱਚ, ਉਦੋਂ ਕਾਂਗਰਸ ਕਿੱਥੇ ਸੀਗੀ? ਉਦੋਂ ਕਿਉਂ ਨਹੀਂ ਆਏ ਸਾਡੇ ਘਰੇ? ਠੀਕ ਹੈ, ਹੋਰ ਸਵਾਲ ਲੈ ਲਈਏ ਅੱਗੇ ਤੋਂ ਵੀ ਜੇਕਰ ਕੋਈ ਸਵਾਲ ਪੁੱਛਣਾ ਚਾਹੁੰਦਾ ਹੋਵੇ। ਤੁਸੀਂ ਪਹਿਲਾਂ ਪੁੱਛ ਚੁੱਕੇ ਹੋ, ਹਾਂਜੀ ਕੋਈ ਹੋਰ ਪਿੱਛੋਂ? ਨਹੀਂ ਜੀ, ਠੀਕ ਹੈ ਅੱਗੇ ਇੱਕ ਦੋ ਸਵਾਲ ਹੈਗੇ ਨੇ, ਤੁਸੀਂ ਦੱਸੋ। ਮੈਂ ਇੱਥੇ ਆਉਂਗਾ, ਨਹੀਂ ਇੱਥੇ ਇੱਥੇ ਦੱਸੋ, ਇੱਥੇ ਦੱਸੋ। ਮੈਂ ਰਾਮਪੁਰਾ ਫੂਲ ਦਾ ਬਸ਼ਿੰਦਾ, 8 ਮਹੀਨੇ ਪਹਿਲਾਂ DC ਬਠਿੰਡੇ ਨੂੰ ਪੁੱਡਾ ਦੇ ਵਿੱਚ NOC ਲਈ ਅਪਲਾਈ ਕੀਤਾ, 35,000 ਰੁਪਏ ਭਰਿਆ, 35,000 ਭਰਨ ਤੋਂ ਬਾਅਦ ਮੈਨੂੰ ਕੋਈ NOC ਨਹੀਂ ਦਿੱਤਾ, DC ਨੇ ਰਿਜੈਕਟ ਕਰਤਾ, ਮੇਰਾ 500 ਰੁਪਇਆ ਕੱਟ ਕੇ ਮੋੜਤਾ। ਹੁਣ ਮੈਂ CM ਮਾਨ ਨੂੰ 4 ਮਹੀਨਾ ਤੋਂ ਕੰਪਲੇਂਟ ਪਾ ਰਿਹਾ, FCR ਨੂੰ ਪਾ ਰਿਹਾ, ਚੀਫ ਸੈਕਟਰੀ ਨੂੰ ਪਾ ਰਿਹਾ, ਮੈਨੂੰ ਕੋਈ NOC ਦੇਣ ਲਈ ਤਿਆਰ ਨਹੀਂ। ਠੀਕ ਹੈ, ਚਲੋ ਹੋਰ ਇੱਕ ਦੋ ਸਵਾਲ ਮੈਂ ਇਧਰੋਂ ਲੈ ਲਵਾਂ। ਹਾਂਜੀ ਦੱਸੋ, 1 ਮਿੰਟ ਠਹਿਰ ਜਾਓ। ਖਡਿਆਲ ਸਾਹਿਬ ਸਰਜੀਕਲ ਸਟ੍ਰਾਈਕ ਦੀ ਗੱਲ ਕਰ, ਮੋਦੀ ਸਾਹਿਬ ਨੂੰ ਸਵਾਲ ਹੈ ਮੇਰਾ BJP ਵਾਲਿਆਂ ਨੂੰ, ਉਹ ਇਹ ਕਹਿੰਦੇ ਸੀਗੇ ਵੀ ਕਾਲਾ ਧਨ ਅਸੀਂ ਲੈ ਕੇ ਆਵਾਂਗੇ, ਉਹ ਕਾਲਾ ਧਨ ਕਿੱਧਰ ਹੈ? ਮੈਨੂੰ ਲੱਗਦਾ ਵੀ ਜਿਹੜੇ ਕਾਲੇ ਧਨ ਵਾਲੇ ਬੰਦੇ ਸੀ ਉਹ ਇਹਨਾਂ ਨੇ ਆਪਣੀ ਪਾਰਟੀ 'ਚ ਸ਼ਾਮਲ ਕਰਵਾ ਲਏ। ਠੀਕ ਹੈ, ਹਾਂਜੀ ਹਾਂਜੀ, ਮੇਰਾ ਸਵਾਲ ਜਿਹੜਾ ਹੈਗਾ, ਪਾਣੀ ਦੀ ਮਾਰ ਜਿਹੜੀ ਹੜ੍ਹ ਦੀ ਮਾਰ ਹੈ ਉਹ ਪਟਿਆਲੇ ਲਈ ਹੈ, ਠੀਕ ਹੈ? ਮੈਂ ਇੱਥੇ ਮਹਾਰਾਣੀ ਸਾਹਿਬਾਂ ਨੂੰ ਪੁੱਛਣਾ ਚਾਹੁੰਦਾ, ਤੇ ਮੇਰਾ ਗਾਂਧੀ ਸਾਹਿਬ ਨੂੰ ਵੀ ਹੈ, ਪਹਿਲਾਂ ਮਹਾਰਾਣੀ ਸਾਹਿਬ ਨੂੰ, ਜਦੋਂ ਪਟਿਆਲਾ ਡੁੱਬ ਜਾਂਦਾ ਤੁਸੀਂ ਨੱਥ ਚੂੜਾ ਲੈ ਕੇ ਆਉਂਦੇ ਹੋ, ਠੀਕ ਹੈ? ਇੱਕ ਪਰੰਪਰਾ ਬਣਾਤੀ ਤੁਸੀਂ, ਤੁਸੀਂ ਇਹ ਦੇਖੋ ਹੜ ਆਉਂਦਾ ਤਾਂ ਹੜ ਤੋਂ ਲੋਕਾਂ ਨੂੰ ਕਿਵੇਂ ਬਚਾਉਣਾ? ਪਹਿਲਾ ਕੁਐਸਚਨ ਇਹਨਾਂ ਨੂੰ ਹੈ ਮੇਰਾ। ਇਹ ਇੰਨਾ ਚਿਰ ਹੋ ਗਿਆ MP ਬਣੇ ਨੂੰ, ਇੰਨਾ ਚਿਰ ਇਹਨਾਂ ਨੇ ਰਾਜ ਵੀ ਕੀਤਾ ਅਕਾਲੀ ਦਲ ਨਾਲ ਮਿਲ ਕੇ, ਤੇ ਇਹਨਾਂ ਨੇ ਹੜ ਦਾ ਕੋਈ ਵੀ ਇੰਤਜ਼ਾਮ ਕੀਤਾ? ਕੋਈ ਨਹੀਂ ਕੀਤਾ। ਦੂਜਾ ਮੈਂ ਧਰਮਵੀਰ ਗਾਂਧੀ ਜੀ ਨੂੰ ਪੁੱਛਣਾ ਚਾਹੁੰਦਾ, ਅੱਜ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ
ਤੇ ਕਾਂਗਰਸ ਦੇ ਵਿੱਚ ਆ ਗਏ। ਮੇਰੀ ਉਹਨਾਂ ਨੂੰ ਪੁੱਛਣਾ ਚਾਹੁੰਦਾ, ਜਦੋਂ ਹੜ ਸੀ ਡਾਕਟਰ ਬਲਬੀਰ ਸਿੰਘ ਤੇ ਉਹਨਾਂ ਦੇ ਸਪੁੱਤਰ ਐਡਵੋਕੇਟ ਰਾਹੁਲ ਸਿੰਘ ਸਾਰੀ ਟੀਮ ਨਾਲ ਹੜ ਪੀੜਤ ਏਰੀਆ ਦੇ ਵਿੱਚ ਮੁਫ਼ਤ ਰਾਸ਼ਨ ਤੇ ਸਾਰਾ ਸਮਾਨ ਵੰਡ ਰਹੇ ਸੀ ਤਾਂ ਧਰਮਵੀਰ ਗਾਂਧੀ ਉਦੋਂ ਠੀਕ ਹੈ ਅਸਲ ਦੇ ਵਿੱਚ ਮੁੱਦਾ ਜਿਹੜਾ ਹੈਗਾ ਉਹ ਪਾਣੀ ਨਾਲ ਸੰਬੰਧਿਤ ਹੈ। ਠੀਕ ਹੈ, ਚਲੋ ਇਹਨਾਂ ਦਾ ਜਵਾਬ ਲੈ ਲਈਏ ਇੱਕ ਵਾਰੀ ਆਪਾਂ ਜਿਹੜੇ ਕੌਣ ਜਿਹੜਾ ਹੈ ਆਪਾਂ ਇੱਕ ਜਵਾਬ ਲੈ ਲਈਏ ਮੈਨੂੰ ਲੱਗਦਾ ਜਵਾਬ ਲੈ ਲਈਏ। ਦੇਖੋ ਇੱਕ ਗੱਲ ਹੈ ਕਿ ਪਟਿਆਲੇ ਦੇ ਵਿੱਚ ਇੱਕ ਸਮੱਸਿਆ ਹੜ੍ਹ ਵਾਲੀ ਹੈ ਜੋ ਤਕਰੀਬਨ ਹਰ ਸਾਲ ਨਜ਼ਰ ਆਉਂਦੀ ਹੈ, ਤਾਂ ਉਸ ਨੂੰ ਲੈ ਕੇ ਪਟਿਆਲਾ ਦੇ ਮੁੱਦਿਆਂ ਨੂੰ ਆਪਾਂ ਜ਼ਿਕਰ ਕਰਨੀ ਹੈ ਨਾ, ਪਟਿਆਲਾ ਦੇ ਲੋਕਾਂ ਨੂੰ ਐਡਰੈਸ ਕਰਨ ਦੀ ਜ਼ਰੂਰਤ ਹੈ। ਬਲੀਵਾਲ ਸਾਹਿਬ ਗੱਲ ਇਹ ਕਿ ਰਵਾਇਤ ਹੈ, ਰਵਾਇਤ ਨੂੰ ਫੋਲੋ ਕੀਤਾ ਜਾਂਦਾ ਹੈ, ਪਰ ਹੜ੍ਹ ਆਉਂਦਾ ਕਿਉਂ ਹੈ ਉਹਨੂੰ ਰੋਕਣ ਵਾਸਤੇ ਕੁਝ ਨਹੀਂ ਹੁੰਦਾ। ਦੇਖੋ ਜਿਹੜੀ ਗੱਲ ਹੈਗੀ ਹੈ ਹੜ੍ਹਾਂ ਵਾਲੀ, ਜੇ ਹੜ੍ਹਾਂ ਦੇ ਵਿੱਚ ਕੋਈ ਪਰਿਵਾਰ ਦਿਖਿਆ ਜਿਹਦੇ ਸਿਰ ਤੇ ਉੱਪਰ ਬੋਤਲਾਂ ਸੀਗੀਆਂ ਪਾਣੀ ਦੇ ਵਿੱਚ ਸੀਗੇ ਤੇ ਕੱਲਾ ਕੱਲਾ ਜਦੋਂ ਸੱਪ ਆਏ ਮਾਰਦਾ ਫਿਰਦੇ ਸੀ ਨਾ ਗੁਲਾਰੀ, ਉਦੋਂ ਬੀਬਾ ਜੈਇੰਦਰ ਕੌਰ ਤੇ ਪ੍ਰਨੀਤ ਕੌਰ ਹੜ੍ਹਾਂ ਵਾਲੇ ਪਿੰਡਾਂ ਦੇ ਵਿੱਚ ਸੀ, ਉਹਨਾਂ ਨੂੰ ਸਹਾਇਤਾ ਦਿੰਦੇ ਸੀ ਤੇ ਆਮ ਆਦਮੀ ਪਾਰਟੀ ਦਾ ਮੰਤਰੀ ਉਹਨਾਂ ਨਾਲ ਬੋਰਡ ਪਿੱਛੇ ਲੜਦਾ ਸੀ, ਕਿਸ਼ਤੀ ਦੇਣ ਪਿੱਛੇ ਲੜਦਾ ਸੀ, ਇਹ ਪੂਰੇ ਹਿੰਦੁਸਤਾਨ ਨੇ ਵੇਖੀ ਆ ਉਹ ਚੀਜ਼। ਤੇ ਅੱਜ ਵੀ ਜੇ ਉਹ ਨੱਟ ਚੂੜੇ ਦੀ ਗੱਲ ਹੈ, ਉਹ ਇੱਕ ਪਰੰਪਰਾ ਹੈ, ਇੱਕ ਆਸਥਾ ਹੈ, ਤੇ ਉਹ ਆਸਥਾ ਇੰਨੀ ਕੁ ਭਾਰੀ ਹੈ ਕਿ ਜਦੋਂ ਨੱਟ ਚੂੜਾ ਜਾਨ ਹੋ ਜਾਂਦਾ ਹੈ ਉਦੋਂ ਬਾਅਦ ਨੜੀ ਡਿੱਗ ਪੈਂਦੀ ਹੈ। ਤੇ ਜਿਹੜਾ ਘੱਗਰ ਦਾ ਇਸ਼ੂ ਬਾਰ ਬਾਰ ਗੱਲ ਹੁੰਦੀ ਹੈ, ਘੱਗਰ ਦੇ ਜਿਹੜਾ ਕੰਮ ਦਾ ਸੀਗਾ ਉਹਦੇ ਪੈਸੇ ਦੇ ਦਿੱਤੇ ਗਏ ਸੀ ਕੈਪਟਨ ਅਮਰਿੰਦਰ ਸਿੰਘ ਵੱਲੋਂ, ਪਰ ਚੰਡੀ ਦੀ ਸਰਕਾਰ ਤੇ ਭਗਵੰਤ ਮਾਨ ਦੀ ਸਰਕਾਰ ਨੇ ਉਹਦਾ ਜਿਹੜਾ ਪੱਕਾ ਕਰਨ ਦਾ ਸੀਗਾ ਉਹ ਸਾਰੇ ਪੈਸੇ ਰੋਕ ਲਏ। ਚਲੋ ਮੈਂ ਜਵਾਬ ਲੈਣਾ। ਦੇਖੋ ਹੜ੍ਹ ਦੀ ਤਾਂ ਇੱਕ ਬਹੁਤ ਵੱਡੀ ਸਮੱਸਿਆ ਹੈ, ਪਰ ਗੱਲ ਇਹ ਹੈ ਕਿ ਕੋਈ 2-4-5 ਸਾਲਾਂ 'ਚ ਹੜ੍ਹ ਨਹੀਂ ਆ ਰਿਹਾ। ਮੈਨੂੰ ਯਾਦ ਹੈ ਕਿ 90, 92, 93 ਦੇ ਵਿੱਚ ਪਟਿਆਲੇ 'ਚ ਬਹੁਤ ਹੜ੍ਹ ਆਏ, ਪਰ ਸਵਾਲ ਇਹ ਹੈ ਕਿ ਕਾਂਗਰਸ ਦੀ ਸਰਕਾਰਾਂ ਬਣੀਆਂ ਫਿਰ ਮੁੜ ਕੇ ਗੱਲ ਉੱਥੇ ਹੀ ਖੜਦੀ ਹੈ ਕਿ ਹੱਲ ਕੀ ਹੋਵੇ, ਕਿ ਹੜ੍ਹ ਆਵੇ ਹੀ ਨਾ, ਉਸਦੇ ਲਈ ਕੁਝ ਨਹੀਂ ਕੀਤਾ ਗਿਆ। ਨੰਬਰ 1 ਮੈਂ ਦੱਸਦਾ, ਪਹਿਲਾਂ ਤਾਂ ਅਸੀਂ ਕਿਸਾਨਾਂ ਲਈ ਕੀਤਾ ਕੀ ਹੈ, ਐਗਰੀਕਲਚਰ ਯੂਨੀਵਰਸਿਟੀ ਕਾਂਗਰਸ ਪਾਰਟੀ ਲਈ ਸਭ ਤੋਂ ਵੱਡਾ ਡੈਟ ਵੇਵਰ ਕਾਂਗਰਸ ਪਾਰਟੀ ਨੇ ਦਿੱਤਾ। ਜਦੋਂ ਖੇਤੀ ਕਾਨੂੰਨ ਆਏ ਸੀਗੇ, ਸ਼੍ਰੋਮਣੀ ਅਕਾਲੀ ਦਲ ਨੇ ਹੱਕ 'ਚ ਵੀਡੀਓ ਬਣਾਈ, ਭਾਰਤੀ ਜਨਤਾ ਪਾਰਟੀ ਲੈ ਕੇ ਆਈ ਤੇ ਆਮ ਆਦਮੀ ਪਾਰਟੀ ਨੇ ਦਿੱਲੀ 'ਚ ਨੋਟੀਫਾਈ ਕੀਤਾ, ਤੇ ਉਹ ਕੱਲੀ ਕਾਂਗਰਸ ਪਾਰਟੀ ਸੀ ਜਿਹਨੇ ਰੱਦ ਕਰਨ ਲਈ ਐਂਟੀ ਫਾਰਮ ਬਿੱਲ ਪਾਸ ਕੀਤਾ। ਹੁਣ ਮੁੱਦੇ ਦੀ ਗੱਲ, ਪਟਿਆਲਾ ਇੱਕ ਮਿੰਟ ਜੀ, ਪਟਿਆਲਾ ਜਿਹੜਾ ਮੈਂ ਇੱਕ ਬੇਨਤੀ ਕਰੂੰਗਾ, ਕਹਿਣ ਲਈ ਰੌਲਾ ਨਾ ਪਾਓ, ਜਦੋਂ ਹੜ੍ਹਾਂ ਦਾ ਮੁੱਦਾ ਸੀਗਾ ਮਾਨ ਸਾਹਿਬ ਨੇ ਕਿਹਾ ਸੀਗਾ ਬੱਕਰਿਆਂ ਦਾ ਮੁਆਵਜ਼ਾ, ਮੁਰਗੀਆਂ ਦਾ ਮੁਆਵਜ਼ਾ 1 ਰੁਪਿਆ ਨਾ ਤਾਂ ਦਿੱਤਾ ਨਹੀਂ ਗਿਆ। ਕਿਸਾਨ ਜਦੋਂ ਮਜਬੂਰਨ ਪਰਾਲੀ ਸਾੜਦੇ, ਬਾਇਓ ਡੀਕੰਪੋਜ਼ਰ ਦੇਵਾਂਗੇ, ਆਮ ਆਦਮੀ ਪਾਰਟੀ ਨੇ ਕਿਹਾ ਦਿੱਤਾ ਆਪ ਨਹੀਂ, ਪਰਚੇ ਕਿਸਾਨਾਂ ਤੇ, ਲਾਠੀਚਾਰਜ ਕਿਸਾਨਾਂ ਤੇ। ਸੋ ਜਵਾਬ ਕਿਸਾਨ ਦੇਣਗੇ, ਜ਼ਰੂਰੀ ਗੱਲ ਨਹੀਂ। ਪਟਿਆਲਾ ਦੀ ਹੜ੍ਹ ਦੀ ਸਮੱਸਿਆ ਨਹੀਂ ਹੱਲ ਹੋਈ ਨਾ ਸਰ, ਮੈਂ ਉਸ ਪੁਆਇੰਟ ਦੇ ਉੱਤੇ ਰਵਾਂ ਆਪਾਂ ਜਿਹੜੇ ਗੌਰਵ ਜੀ, ਬੜੀ ਜ਼ਰੂਰੀ ਗੱਲ ਹੈ, ਇੱਕ ਉਦੋਂ ਵੀ ਵੱਡਾ ਇਸ਼ੂ ਅੱਗੇ ਆਇਆ ਅੱਜ, ਬਲਕਾਰ ਸਿੰਘ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਮੰਤਰੀ ਨੇ, ਇੱਕ ਹੋਰ ਕੰਟਰੋਵਰਸ਼ੀਅਲ ਵੀਡੀਓ ਅੱਗੇ ਆ ਗਈ। ਪਹਿਲਾਂ ਕਟਾਰੂ ਚੱਕ ਸਾਹਿਬ ਦੀ ਵੀਡੀਓ ਅੱਗੇ ਆਈ ਸੀਗੀ, ਉਦੋਂ ਪਹਿਲਾਂ ਇਹਨਾਂ ਦੇ ਵਿਜੇ ਸਿੰਗਲਾ ਸਾਹਿਬ ਕਰਪਸ਼ਨ ਕੇਸ ਫਸੇ ਸੀ, ਉਹ ਮੰਤਰੀ ਉਤਾਰੀ ਜਾਂਦੇ ਹੋ, ਮੰਤਰੀਆਂ ਤੁਹਾਡੇ ਤੇ ਕੇਸ ਹੋਈ ਜਾਂਦੇ, ਕਿਸ ਦੀ ਵੀਡੀਓ ਬਾਹਰ ਆ ਰਹੀ ਹੈ, ਇੱਥੋਂ ਪਤਾ ਲੱਗਦਾ ਆਮ ਆਦਮੀ ਪਾਰਟੀ ਕਰਪਟ ਹੈ। ਆਮ ਆਦਮੀ ਪਾਰਟੀ ਜਵਾਬ ਲੈ ਲੈਣ ਤੋਂ ਹੜ੍ਹ ਵਾਲਾ ਸਵਾਲ ਮੇਰਾ ਫਿਰ ਵੀ ਸਟੈਂਡ ਕਰਦਾ ਹੈ। ਠੀਕ ਹੈ, ਛੋਟੇ ਕਮੈਂਟ ਰੱਖਿਓ। ਦੇਖੋ ਮੈਂ ਪਟਿਆਲਾ ਦੇ ਮੁੱਦਿਆਂ ਦੀ ਗੱਲ ਜ਼ਿਆਦਾ ਕਰਨਾ ਚਾਹ ਰਿਹਾ ਕਿ ਪਟਿਆਲਾ ਦੇ ਵਿੱਚ ਹੜ੍ਹ ਆਵੇ ਹੀ ਨਾ, ਇਸ ਦੇ ਲਈ ਕੋਈ ਕੁਝ ਕਰ ਨਹੀਂ ਰਿਹਾ। ਬਿਲਕੁਲ, ਦੇਖੋ ਜਿਹੜਾ ਪਾਣੀ ਆਉਂਦਾ ਪਿੱਛੋਂ ਆਉਂਦਾ, ਤੇ ਇਹ ਚੀਜ਼ ਇਹਨਾਂ ਨੇ ਆਪ ਮੰਨ ਲਈ ਵੀ ਹੜ੍ਹਾਂ ਦਾ ਹੱਲ ਇਹਨਾਂ ਤੋਂ ਨਹੀਂ ਹੋਇਆ, ਚਾਹੇ 3-4 ਵਾਰ ਇਹਨਾਂ ਦੇ ਸ਼੍ਰੀਮਤੀ ਪ੍ਰਨੀਤ ਕੌਰ ਜੀ ਐਮਪੀ ਰਹਿ ਲਏ, ਚਾਹੇ ਇਹਨਾਂ ਦੇ ਗਾਂਧੀ ਜੀ ਐਮਪੀ ਰਹਿ ਲਏ, ਗਾਂਧੀ ਜੀ ਤੁਹਾਡੇ, ਗਾਂਧੀ ਜੀ ਸਾਡੇ ਪੁਰਾਣੇ ਗਾਂਧੀ ਜੀ ਤੁਹਾਡੇ ਨਹੀਂ, ਇਹਨਾਂ ਦੇ ਸੁਣ ਲਓ ਜਵਾਬ ਸੁਣ ਲਓ, ਇਹ ਕੁਛ ਵੀ ਕਰ ਨਹੀਂ ਪਾਏ, ਸੁਣ ਲਓ। ਓਏ ਹੁਣ ਸ਼ੋਰ, ਸਾਡੇ ਵੀ ਸਪੋਰਟਰ ਵੀ ਮਨਾ ਸਕਦੇ ਆ, ਪਰ ਮੈਂ ਇੱਕ ਚੀਜ਼ ਦੱਸ ਰਿਹਾ, ਇੱਕ ਤਾਂ ਹੈ ਨਾ ਬੰਦਿਆਂ ਨੂੰ ਬੰਦ ਕਰਾਓ ਜੀ, ਜਿਹੜੇ ਬੰਦੇ ਨੇ ਬੁੜਕਾ ਮਾਰਨੀਆਂ ਸ਼ੁਰੂ ਕੀਤੀਆਂ। ਠੀਕ ਹੈ, ਦੇਖੋ ਆਵਾਜ਼ ਸਿਰਫ ਮਾਈਕ ਦੇ ਥਰੂ ਹੀ ਜਾਂਦੀ ਹੈ, ਇਸ ਚੀਜ਼ ਨੂੰ ਸਮਝੋ, ਦੋਵੇਂ ਪਾਸੇ ਤੋਂ ਜੇ ਵੱਜਣੀਆਂ ਨੁਕਸਾਨ ਹੋਜੂ, ਆਪਾਂ ਨੂੰ ਫਾਇਦਾ ਨਹੀਂ ਇਸ ਚੀਜ਼ ਦਾ, ਵੀ ਡਿਬੇਟ ਕਰਨ ਆਏ ਆ। ਇਹਨਾਂ ਦੇ
ਗਾਂਧੀ ਜੀ ਕੁਛ ਨਹੀਂ ਕਰ ਸਕੇ, ਪ੍ਰਨੀਤ ਕੌਰ ਜੀ ਚਾਰ ਵਾਰ ਚ ਕੁਛ ਨਹੀਂ ਕਰ ਸਕੇ। ਇੱਕ ਹੋਰ ਦੱਸਦਾ, ਛੋਟੀ ਨਦੀ ਬੜੀ ਨਦੀ ਇਹਦਾ 208 ਕਰੋੜ ਰੁਪਈਆ ਇਹਨਾਂ ਦੇ ਕੈਪਟਨ ਸਾਹਿਬ ਜਦੋਂ ਮੁੱਖ ਮੰਤਰੀ ਸੀ, ਅੱਜ ਕੱਲ ਇਹਨਾਂ ਦੇ ਹੈ, ਉਹ 208 ਕਰੋੜ ਰੁਪਇਆ ਕਿੱਥੇ ਹੈ? 64 ਕਰੋੜ ਰੁਪਇਆ ਹੈਰੀਟੇਜ ਸਟਰੀਟ ਦਾ, ਛੋਟੀ ਨਦੀ ਬੜੀ ਨਦੀ ਦੀ ਸਮੱਸਿਆ ਇਹਨਾਂ ਨੇ ਹੱਲ ਨਹੀਂ ਕੀਤੀ, 208 ਕਰੋੜ ਕਿੱਥੇ ਹੈ? 64 ਕਰੋੜ ਹੈਰੀਟੇਜ ਸਟਰੀਟ ਦਾ, ਉਹ ਕਿੱਥੇ ਕਿੱਥੋਂ ਆਇਆ? 64 ਕਰੋੜ, 208 ਕਰੋੜ ਕਿੱਥੋਂ ਆਇਆ? ਕਾਗਜ਼ੀ ਐਲਾਨ ਤੇ ਨਹੀਂ, ਕਿੱਥੋਂ ਆਇਆ? ਮਤਲਬ ਪੰਜਾਬ ਸਰਕਾਰ ਨੇ ਦਿੱਤਾ ਜਾਂ ਫਿਰ ਸੈਂਟਰ ਗਵਰਨਮੈਂਟ? ਇਹਨਾਂ ਦੀ ਸਰਕਾਰਾਂ ਸਮੇਂ ਪੰਜਾਬ ਸਰਕਾਰ ਨੇ 208 ਕਰੋੜ ਦਾ ਇੱਕ ਪਾਸ ਕਰਤਾ, ਲੇਕਿਨ ਉਹ ਪੈਸਾ ਲੱਗਿਆ ਨੀ, ਜੇ ਲੱਗਿਆ ਤਾਂ ਕਿੱਥੇ ਆ? ਠੀਕ ਹੈ, ਜਵਾਬ ਲੈਂਦੇ ਹਾਂ, ਜਵਾਬ ਲੈਂਦੇ ਹਾਂ। ਵਿਜੇ ਮੈਂ ਆ ਰਿਹਾ ਖਿਆਲ ਸਾਹਿਬ ਤੁਹਾਡੇ ਕੋਲ। ਅਕਾਲੀ ਦਲ ਦੀ 15 ਸਾਲ ਸਰਕਾਰ ਰਹੀ ਹੈ, ਮੁੱਦਾ ਉਹੀ ਹੈ ਕਿ ਜੇ ਪਾਣੀ ਦੀ ਸਮੱਸਿਆ ਆਪਾਂ ਹੱਲ ਨਹੀਂ ਕਰ ਸਕੇ, ਲੋਕਾਂ ਨੂੰ ਤਕਲੀਫ ਤੋਂ ਨਹੀਂ ਬਚਾ ਸਕੇ, ਤਾਂ ਫਿਰ ਲੋਕੀ ਸੋਚ ਕੇ ਵੋਟ ਪਾਉਣ। ਦੇਖੋ ਮੈਂ ਬੜੇ ਸਪਸ਼ਟ ਤੌਰ ਤੇ ਕਹਿਣਾ ਜੀ ਕਿ ਜਿਹੜੇ 93 ਚ ਹੜ ਆਏ, 93 ਤੋਂ ਬਾਅਦ ਉਹ ਭਿਅੰਕਰ ਰੂਪ ਪਟਿਆਲੇ ਨੇ ਇਸ ਵਾਰ ਦੇਖਿਆ ਹੜਾਂ ਚ, ਤੇ ਇੱਕ ਬਹੁਤ ਵੱਡਾ ਸਕੈਮ ਹੈ ਜਿਹੜਾ, ਡੀ ਸਿਲਟਿੰਗ ਨਹੀਂ ਹੋਈ, ਸਫਾਈ ਨਹੀਂ ਹੋਈ, ਉਹਦਾ ਜਿਹੜਾ ਫੰਡ ਆਇਆ ਉਹ ਮਿਸਯੂਜ਼ ਹੋਇਆ। ਤੇ ਜਿਹੜੇ ਲੋਕ ਗੱਲ ਕਰਦੇ ਨੇ ਅਕਾਲੀ ਦਲ ਦੀ 15 ਸਾਲ ਦੀ ਸਰਕਾਰ ਦੀ, ਮੈਂ ਤਾਂ ਕਹਿੰਦਾ ਔਨ ਰਿਕਾਰਡ ਆ ਕੇ ਬਹਿਸ ਕਰੋ, ਪੰਜਾਬ ਦੇ ਵਿੱਚ ਇਹ ਪਾਵਰ ਸਰਪਲਸ ਸੂਬਾ ਕਿਹਨੇ ਬਣਾਇਆ? ਸ਼੍ਰੋਮਣੀ ਅਕਾਲੀ ਦਲ ਨੇ ਬਣਾਇਆ। PGI ਏਮਜ਼ 40 ਮੈਕਸ ਵਰਗੇ ਹਸਪਤਾਲ ਕੌਣ ਲੈ ਕੇ ਆਇਆ? ਸ਼੍ਰੋਮਣੀ ਅਕਾਲੀ ਦਲ ਲੈ ਕੇ ਆਇਆ। ਏਅਰਪੋਰਟ ਸ਼੍ਰੋਮਣੀ ਅਕਾਲੀ ਦਲ ਨੇ ਬਣਾਏ। ਆਹ ਵੱਡੇ ਹਾਈਵੇ ਸ਼੍ਰੋਮਣੀ ਅਕਾਲੀ ਦਲ ਨੇ ਬਣਾਏ। ਸਾਰੇ ਧਰਮਾਂ ਲਈ ਯਾਦਗਾਰਾਂ ਸ਼੍ਰੋਮਣੀ ਅਕਾਲੀ ਦਲ ਨੇ ਬਣਾਈਆਂ। ਇਹਨਾਂ ਨੇ ਕੀ ਕੀਤਾ? ਗੱਲਾਂ ਮੈਂ ਅੱਜ ਚੈਲੰਜ ਕਰਦਾ ਪਾਸੀ ਸਾਹਿਬ ਨੂੰ। ਇਹ ਕਹਿੰਦੇ ਜੀ ਕਿ 43,000 ਨੌਕਰੀ ਦਿੱਤੀ ਹੈ, ਇਹ ਯੂਥ ਦੀ ਗੱਲ ਕਰਦੇ ਨੇ। ਪੰਜਾਬ ਦੇ ਵਿੱਚ 12,500 ਪਿੰਡ ਹੈ, 70% ਰੂਰਲ ਸੈਕਟਰ ਹੈ ਪੰਜਾਬ ਦਾ। ਜੇ ਹਰ ਪਿੰਡ ਦੇ ਵਿੱਚ ਇਹਦਾ ਹਿਸਾਬ ਨਾਲ 2 ਨੌਕਰੀਆਂ ਨੇ, ਲੈ ਜਾਰੀ ਕਰਨ ਡਾਟਾ ਬੰਦੇ ਦਾ, ਟੈਲੀਫੋਨ ਨੰਬਰ ਤੇ ਕਿਹੜੇ ਪਿੰਡ 'ਚ ਨੌਕਰੀ ਮਿਲੀ ਜਾਂ ਨਹੀਂ ਮਿਲੀ। ਸੋ ਲੋਕਾਂ ਨੂੰ, ਔਰ ਜਿੱਦ ਤੱਕ ਰਹੀ ਕਾਂਗਰਸ ਦੀ, ਦੇਖੋ ਕਾਂਗਰਸ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਇਹ ਜਿਹੜੀਆਂ ਨਾਕਾਮੀਆਂ ਨੇ ਉਹ ਤੋਂ ਪੱਲਾ ਨਹੀਂ ਛਡਾ ਸਕਦੀ। ਆਹ ਫੋਟੋ ਹੈ, ਇਹ ਹੁਣੀ ਜਿਹੜੇ ਪ੍ਰਧਾਨ ਸਾਹਿਬ ਦੇ ਗੁਣ ਗਾ ਰਹੇ ਸੀ ਰਾਜਾ ਵੜਿੰਗ ਜੀ, ਇਹ 2021 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਲੀਡਰ ਆਫ ਮਾਸਿਸ ਦੱਸ ਰਹੇ ਨੇ। 17 ਚ ਸਰਕਾਰ ਬਣੀ ਤਾਂ ਉਹਨਾਂ ਦੇ ਮੁੱਖ ਮੰਤਰੀ ਸੀ ਨਾ, ਇੱਕ ਮਿੰਟ ਸੁਣ ਕੇ ਜਾਓ। 17 ਚ ਸਰਕਾਰ ਬਣੀ, 2021 ਤੱਕ ਤਾਂ ਲੀਡਰ ਆਫ ਮਾਸਿਸ ਸੀ। ਜੇ ਤੁਸੀਂ ਮੁੱਖ ਮੰਤਰੀ ਬਦਲ ਲਿਆ ਫਿਰ ਤੁਸੀਂ ਕਹਿੰਦੇ 4 ਸਾਲ ਕੀਤਾ ਕੱਖ ਨੀ। ਸੋ ਜਿਹੜੇ ਉਹਨਾਂ ਦੀਆਂ ਮਾੜੀਆਂ ਕਾਰਗੁਜ਼ਾਰੀਆਂ ਨੇ ਉਹ ਕਾਂਗਰਸ ਹੀ ਹੈ, ਉਹ ਕਾਂਗਰਸ ਦੇ ਮੁੱਖ ਮੰਤਰੀ। ਸਵਾਲ ਲੈਣੇ, ਮੈਂ ਬੀਜੇਪੀ ਵਾਲੇ ਪੁੱਛਣਾ ਚਾਹੁੰਦਾ, ਜਦੋਂ ਮੋਦੀ ਜੀ ਆਏ ਸੀ ਉਹ ਕਹਿੰਦਾ ਕਾਲਾ ਧਨ ਲਿਆਵਾਂਗੇ, ਅੱਛਾ 2 ਕਰੋੜ ਨੌਕਰੀ ਦੇਵਾਂਗੇ, ਤੇ ਫਿਰ 15-15 ਲੱਖ ਹਰ ਤੇ ਖਾਤੇ ਪਾਵਾਂਗੇ, ਉਹ ਦੱਸੋ ਕਿਹਦੇ ਖਾਤੇ ਪਿਆ ਹੁਣ ਤੱਕ? ਠੀਕ ਹੈ, ਜਵਾਬ ਸਵਾਲ ਆਇਆ। ਇੱਕ ਮਿੰਟ ਸਰ, ਮੈਂ ਕਾਂਗਰਸ ਦੇ ਨੁਮਾਇੰਦੇ ਤੋਂ ਪੁੱਛਣਾ ਚਾਹੁੰਦਾ ਵੀ ਇਹ ਕਹਿੰਦੇ ਨੇ ਇਹਨਾਂ ਨੇ ਪਟਿਆਲਾ 2 ਦੇ ਵਿੱਚ ਲਾ ਯੂਨੀਵਰਸਿਟੀ ਲਿਆਂਦੀ ਹੈ, ਉਹ ਜਿਹੜੀ ਕਿ ਪਿੰਡ ਸਿੱਧੂਵਾਲ ਦੀ 100 ਕਿੱਲਾ ਜ਼ਮੀਨ ਕੱਟ ਕੇ ਇਹਨਾਂ ਨੇ ਉੱਥੇ ਲਾ ਯੂਨੀਵਰਸਿਟੀ ਲਿਆਂਦੀ ਸੀ, ਜਿਹੜੀ ਪਿੰਡ ਦੀ ਜਗ੍ਹਾ ਲਿੱਤੀ ਗਈ ਉਹਦੇ ਵਿੱਚ ਉਸ ਪਿੰਡ ਚੋਂ ਕਿੰਨੇ ਮੁਲਾਜ਼ਮ ਇਹਨਾਂ ਨੇ ਲਾ ਯੂਨੀਵਰਸਿਟੀ ਚ ਲਵਾ? ਠੀਕ ਹੈ, ਲਾ ਯੂਨੀਵਰਸਿਟੀ। ਕਹਿੰਦੇ ਜੀ ਪਟਿਆਲੇ ਦੇ ਵਿਕਾਸ ਤੇ ਪੈਸਾ ਨਹੀਂ ਲੱਗ ਰਿਹਾ, ਜਾਂ ਸਾਡਾ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ 8,000 ਕਰੋੜ ਮੋਦੀ ਸਾਹਿਬ ਨੇ ਰੋਕ ਰੱਖਿਆ, ਫਿਰ ਕਿਵੇਂ ਵਿਕਾਸ ਹੋਏਗਾ? ਬਲੀਵਾਲ ਸਾਹਿਬ ਜਵਾਬ। ਠੀਕ ਹੈ, ਜਵਾਬ ਲਵਾਂਗੇ, ਇੱਕ ਅੱਧਾ ਸਵਾਲ ਹੋਰ। ਮੈਂ ਦੋਵੇਂ ਪਾਰਟੀਆਂ ਤੋਂ ਪੁੱਛਣਾ ਚਾਹੁੰਦਾ, 70 ਸਾਲ ਰਾਜ ਕੀਤਾ ਇਹਨਾਂ ਨੇ, ਅੱਜ ਇਹ ਇੱਕ ਦੂਏ ਤੇ ਨਫ਼ਰਤ ਦੀ ਰਾਜਨੀਤੀ ਕਰ ਰਹੇ ਨੇ, ਮੁੱਦੇ ਦੀ ਗੱਲ ਕੋਈ ਕਰੀਏ? ਮਹਿੰਗਾਈ ਕਿੱਥੇ ਚੱਲ ਗਈ ਜਿਹਦੇ ਨਾਲ ਆਮ ਪਬਲਿਕ ਪ੍ਰਭਾਵਿਤ ਹੋ ਰਹੀ ਹੈ? ਅੱਗੇ ਆ ਜੀ। ਮੈਂ ਇੱਕ ਸਵਾਲ ਇਹਨਾਂ ਸਾਰੇ ਸਵਾਲਾਂ ਤੋਂ ਹਟ ਕੇ ਕਵਾਂਗਾ, ਮੋਦੀ ਸਾਹਿਬ UP ਚ ਗਏ, ਬਿਹਾਰ ਚ ਗਏ, ਉੱਥੇ ਉਹਨਾਂ ਦਾ ਲੈਕਚਰ ਕੀ ਸੀ? ਕਾਂਗਰਸ ਨੂੰ ਵੋਟ ਨਹੀਂ ਪਾਣੀ, ਅਗਰ ਕਾਂਗਰਸ ਨੂੰ ਵੋਟ ਗਏ ਤੁਹਾਡੇ ਘਰ 2 ਮਕਾਨ ਹੈਗੇ ਨੇ, 1 ਮਕਾਨ ਇਹ ਖੋ ਲੈਣਗੇ, ਕਾਂਗਰਸ ਨੂੰ ਵੋਟ ਨਹੀਂ ਪਾਣੀ ਇਹ ਮੁਸਲਮਾਨਾਂ ਨੂੰ ਦੇ ਦੇਣਗੇ, ਜਾਨੀ ਕਿ ਇਹ ਜਿਹੜੀ ਰਾਜਨੀਤੀ ਚੱਲ ਰਹੀ ਹੈ
ਮੁਸਲਮਾਨ ਔਰ ਹਿੰਦੂ ਦੀ ਚੜ ਰਹੀ ਹੈ, ਕਿਉਂ ਬੋਲਿਆ ਜਾ ਰਿਹਾ? ਅਗਰ ਪੰਜਾਬ ਵਿੱਚ ਆਉਂਦੇ ਨੇ ਤਾਂ ਪੰਜਾਬ ਵਿੱਚ ਆ ਕੇ ਕੀ ਬੋਲਦੇ ਨੇ? 4 ਤਰੀਕ ਨੂੰ ਰਿਜ਼ਲਟ ਆਉਣ ਤੋਂ ਬਾਅਦ ਆਮ ਆਦਮੀ ਦੀ ਸਰਕਾਰ ਗਿਰ ਜਾਏਗੀ। ਕਿਉਂ ਗਿਰ ਜਾਏਗੀ ਭਾਈ? 92 ਬੰਦੇ ਨੇ ਉਹਨਾਂ ਕੋਲ, ਪੰਜਾਬ ਨੇ ਚੁਣ ਕੇ ਭੇਜਿਆ ਗਿਆ, ਕਿੰਨੀ ਜ਼ਰੂਰਤ ਹੈ ਉਹਨਾਂ ਨੂੰ? ਚਲੋ ਚਲੋ ਜਵਾਬ ਲੈਣੇ, ਮੈਨੂੰ ਲੱਗਦਾ ਜਵਾਬ ਲੈ ਲਈਏ ਸਵਾਲ ਆ ਗਏ ਸਪੀਚ ਵਾਲੇ ਕੰਟੈਂਟ ਦਾ ਜਵਾਬ। ਦੇਖੋ ਮੈਂ ਤਾਂ ਪਟਿਆਲੇ ਦੇ ਮੁੱਦਿਆਂ ਦੀ ਗੱਲ ਕਰਦਾ ਪਿਆ ਤੇ ਪਟਿਆਲੇ ਦੇ ਮੁੱਦਿਆਂ ਤੇ ਫੋਕਸ ਰੱਖਦਾ, ਤਿੰਨੋਂ ਪਾਰਟੀਆਂ ਕੋਲ ਪਟਿਆਲੇ ਲਈ ਕੋਈ ਗੱਲ ਕਰਨ ਦਾ ਮੌਕਾ ਨਹੀਂ ਹੈਗਾ। ਹੁਣ ਗੱਲ ਇਹ ਆ ਕਿ ਪਟਿਆਲੇ ਨੇ ਚੁਣਨਾ MP, ਇਹ ਤਿੰਨੋਂ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਨੇ, ਜੇ ਜਿੱਤਣਗੇ ਵੀ ਤਾਂ ਇਕੱਲੇ MP ਰਹਿਣਗੇ। ਜੇ ਇੱਕ ਸੈਕਿੰਡ, ਜੇ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗਣ ਦੀ ਗੱਲ ਆਉਂਦੀ ਹੈ, ਜਿਵੇਂ ਉਹਨਾਂ ਨੇ ਕਿਹਾ ਅੱਜ CM ਭਗਵੰਤ ਮਾਨ ਵੀ ਬੋਲ ਰਹੇ ਸੀ, ਪਟਿਆਲਾ ਵੀ ਫਿਰ ਉਹਦੇ ਵਿੱਚ ਹੀ ਆਉਂਦਾ ਨਾ। ਮੈਂ ਉਹਦੀ ਗੱਲ ਕਰਦਾ ਕਿ ਪਟਿਆਲੇ ਦੇ ਵਿੱਚ ਜੇ ਜਿੱਤਣਗੇ ਤਾਂ ਮਹਾਰਾਣੀ ਪ੍ਰਨੀਤ ਕੌਰ ਪਟਿਆਲੇ ਤੋਂ ਜਾ ਕੇ ਉੱਥੇ ਸੈਂਟਰ ਦੇ ਵਿੱਚ ਮੰਤਰੀ ਬਣਨਗੇ। ਜਿਹੜੀ ਇਹ ਸਰਕਾਰ ਡਿੱਗਣ ਡੁਗਵਾਉਣ ਵਾਲੀ ਗੱਲ ਕਰਦੇ ਨੇ ਕਿ ਇਹਨਾਂ ਦੇ ਲੱਛਣ ਹੀ ਹੋਏ ਨੇ, ਕਟਾਰੂ, ਚੱਕ, ਬਲਕਾਰ, ਸਿਓਆ, ਸਨੌਰ ਵਾਲਾ ਕਿਹੜਾ ਪਠਾਨਵਾ ਜਿਹੜਾ, ਉਹਦੇ ਹਰਕਤਾਂ ਦੀਆਂ ਵੀਡੀਓ ਸਾਰੇ ਹਿੰਦੁਸਤਾਨ ਨੇ ਦੇਖਿਆ ਤੇ ਵਿਆਹ ਦੋ ਕਰਵਾ ਕੇ ਇੱਥੇ ਤੁਰੇ ਫਿਰਦੇ ਨੇ, ਉਹਨਾਂ ਦਾ ਜਵਾਬ ਕੀ ਹੈ? ਤੇ ਮੈਂ ਤਾਂ ਇੱਕ ਗੱਲ ਕਰਦਾ ਪਟਿਆਲੇ ਦੇ ਮੁੱਦਿਆਂ ਦੀ, ਮੈਂ ਇਹ ਕਹਿ ਰਿਹਾ ਕਿ ਜਦੋਂ ਮਹਾਰਾਣੀ ਪ੍ਰਨੀਤ ਕੌਰ ਇੱਥੋਂ ਜਿੱਤੇ ਨੇ ਤਾਂ ਉਹਨਾਂ ਦੀ ਅਟੈਂਡੈਂਸ 85% ਹੈ, ਆਹ ਗਾਂਧੀ ਆ ਜਿਹੜਾ ਉਹਦੀ 55% ਹੈ। ਕੱਲ ਜਦੋਂ ਪ੍ਰਿਯੰਕਾ ਗਾਂਧੀ ਆਈ ਇੱਥੇ ਸੰਬੋਧਨ ਕਰਦੀ ਪਈ ਸੀ ਤਾਂ ਉੱਥੇ ਲੋਕੀ ਕਹਿੰਦੇ ਸੀ ਅਸੀਂ ਮੋਦੀ ਦੀ ਰੈਲੀ ਵੇਖਣ ਆਏ ਆ। ਸਵਾਲ ਹੋਰ ਲੈ ਲਈਏ, ਕੋਈ ਸਵਾਲ? ਗੌਰਵ ਪਿੱਛੇ ਸਵਾਲ, ਸਵਾਲ ਇੱਕ ਦੋ ਜਿਹੜੇ ਪਟਿਆਲੇ ਦਾ ਮੁੱਦਾ, ਕੂੜੇ ਦਾ ਡੰਪ ਲੱਗਿਆ ਸੁਣੋਰੀ ਅੱਡੇ, ਬਹੁਤ ਤਕੜਾ ਡੰਪ ਹੈ, ਉੱਥੇ ਦੀ ਪਬਲਿਕ ਇੰਨੀ ਪਰੇਸ਼ਾਨ ਹੈ, ਉਹ ਬੜਾ ਤਕੜਾ ਮੁੱਦਾ, ਉਹਨੂੰ ਆਮ ਆਦਮੀ ਕਿਵੇਂ ਹੱਲ ਕਰੇਗੀ? ਕਿਹੜਾ? ਇੱਕ ਸੈਕਿੰਡ, ਇਹ ਪਟਿਆਲੇ ਦਾ ਇਸ਼ੂ ਹੈ, ਪਟਿਆਲੇ ਬਾਰੇ ਆਪਾਂ ਗੱਲ ਜ਼ਰੂਰ ਕਰ ਲਈਏ। ਡੰਪ, ਤੁਸੀਂ ਡੰਪਿੰਗ ਗਰਾਊਂਡ ਕਹਿ ਰਹੇ ਹੋ, ਕਿੱਥੇ ਦਾ? ਸੁਨੌਰੀ ਅੱਡੇ ਦਾ। ਸੁਨੌਰੀ ਅੱਡੇ ਅੱਜ ਇੰਨੀ ਵੱਡੀ ਖਬਰ ਲੱਗੀ ਹੈ ਪਟਿਆਲੇ ਜਗਬਾਣੀ ਚ, ਇਹ ਇੰਪੋਰਟੈਂਟ ਇਸ਼ੂ ਹੈ, ਗੱਲਬਾਤ ਕਰਾਂਗੇ। ਵੱਡੀ ਨਦੀ ਦਾ ਅਸੀਂ ਪੁੱਛਣਾ ਚਾਹੁੰਦੇ ਹਾਂ ਸੱਤਾ ਧਿਰ ਨੂੰ ਵੀ ਤੇ ਬੀਜੇਪੀ ਵਾਲਿਆਂ ਨੂੰ, ਕਿਉਂਕਿ ਜਦੋਂ ਵੱਡੀ ਨਦੀ ਪੱਟੀ ਸੀਗੀ ਉਹਦੀ ਮੋਡੀਫਿਕੇਸ਼ਨ ਲਈ ਤਾਂ ਉਦੋਂ ਪ੍ਰਨੀਤ ਕੌਰ ਜੀ ਤੇ ਇਹਨਾਂ ਦੇ ਮੇਅਰ ਸਾਹਿਬ, ਇਹਨਾਂ ਨੇ ਪ੍ਰੋਜੈਕਟ ਤਿਆਰ ਕੀਤਾ ਸੀ 208 ਕਰੋੜ ਦਾ, ਤੇ ਇਹਨਾਂ ਨੇ ਉਹ ਪੈਸਾ ਖੁਰਦ ਬੁਰਦ ਕਰ ਦਿੱਤਾ ਕਿਉਂਕਿ ਪਟਿਆਲੇ ਤੇ ਰਾਜ ਕਰ ਰਹੇ ਸੀਗੇ। ਉਦੋਂ ਬਾਅਦ 2.5 ਸਾਲ ਹੋ ਗਏ, ਪਿਛਲੇ ਸਾਲ ਹੜ੍ਹ ਆਏ, ਹੜ੍ਹ ਪਟਿਆਲਾ ਸਾਰਾ ਹੜ੍ਹ ਗਿਆ ਕਿਉਂਕਿ ਇੱਕ ਬੰਨਾ ਵੱਡੀ ਨਦੀ ਦਾ ਕੱਚਾ ਸੀਗਾ, ਤੇ ਹੁਣ ਹੜ੍ਹ ਫਿਰ ਆਉਣ ਵਾਲੇ ਨੇ, ਬਰਸਾਤਾਂ ਦਾ ਸੀਜ਼ਨ ਆਉਣ ਵਾਲਾ, ਉਹ ਬੰਨਾ ਉਵੇਂ ਦੀ ਉਵੇਂ ਹੈ, ਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ। ਦੇ ਇੱਕ ਸਾਲ ਤੋਂ ਆਮ ਆਦਮੀ ਪਾਰਟੀ ਵਾਲਿਆਂ ਨੂੰ, ਡਾਕਟਰ ਬਲਵੀਰ ਨੂੰ ਪੁੱਛੋ, ਉਹਦਾ ਏਰੀਆ ਪੈਂਦਾ ਹੈ। ਠੀਕ ਹੈ, ਕੋਈ ਪਿੱਛੇ ਤੋਂ ਸਵਾਲ ਪੁੱਛਣਾ ਚਾਹੁੰਦਾ ਹੋਵੇ, ਕੋਈ ਹੋਰ ਪਿੱਛੇ ਤੋਂ ਸਵਾਲ ਪੁੱਛਣਾ ਚਾਹੁੰਦਾ ਹੋਵੇ, ਤੁਸੀਂ ਆ ਜਾਓ, ਇੱਕ ਛੋਟਾ ਜਿਹਾ ਸਵਾਲ ਰੱਖਿਓ, ਛੋਟਾ ਸਵਾਲ ਰੱਖਿਓ ਭਾਜੀ। ਮੈਨੂੰ ਸਿਰਫ ਬੀਜੇਪੀ ਨਾਲ ਹੈ ਸਰਾਜੀ ਨਾਲ, ਵੀ ਤੁਸੀਂ ਕਹਿੰਦੇ ਛੱਜ ਬੋਲੇ ਛਰ ਨਹੀਂ ਬੋਲੇ, ਮੋਦੀ ਆਇਆ ਪੱਗ ਬੰਨੀ, ਸਭ ਪਤਾ ਨਾ ਵੀ ਉਹ ਕੀ ਹੈ, ਠੀਕ ਹੈ, ਉਹ ਜਿੱਥੇ ਜਾਂਦਾ ਜਾਇਜਾ ਹੋ ਗਿਆ। ਭਾਈ ਸਾਹਿਬ ਸਰਦਾਰ ਜੀ, ਤੁਸੀਂ ਦੱਸੋ ਤੇਰੇ ਖਾਨਦਾਨ ਚ, ਤੇਰੇ ਪਰਿਵਾਰ ਚ, ਤੇਰੇ ਬੀਜੇਪੀ ਚ ਕੋਈ ਸ਼ੰਭੂ ਬਣ ਰਿਹਾ ਆ? ਸ਼ਾਇਦ ਤੁਸੀਂ ਕੀਤੇ। ਚਲੋ ਕਿਸਾਨਾਂ ਦੇ ਨਾਲ ਜੁੜਿਆ ਸਵਾਲ ਹੈ, ਤੁਸੀਂ ਕੁਝ ਪੁੱਛਣਾ ਚਾਹ ਰਹੇ? ਸਾਡੇ ਸਾਰਿਆਂ ਦੇ ਸਾਡੀ ਲੇਡੀਜ਼ ਦੇ 1000-1000 ਰੁਪਏ ਕਿੱਥੇ ਹੈ, ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਪਿਛਲੀ ਵਾਰ ਇੱਕ ਮੌਕਾ ਕੇਜਰੀਵਾਲ ਨੂੰ ਕਹਿ ਕੇ ਕਿ 1000 ਰੁਪਏ ਦੇਣਗੇ ਸਾਨੂੰ ਲੇਡੀਜ਼ ਨੂੰ, ਤਾਂ ਉਹ ਦੇ। ਲੋ ਐਂਡ ਆਰਡਰ ਦੀ ਨਾ ਇਹਨਾਂ ਨੇ ਧੱਜੀਆਂ ਉਡਾ ਕੇ ਰੱਖੀਆਂ। ਸਵਾਤੀ ਮਾਲੀਵਾਲ ਇਹਨਾਂ ਦੇ ਖੁਦ MP ਜਿਹੜੇ ਨੇ ਉਹਨਾਂ ਤੇ ਜਿਹੜਾ ਮਾਰਪੀਟ ਦਾ ਮਾਮਲਾ ਆਇਆ ਉਹਦਾ ਜਵਾਬ ਦੇਣ। ਹੋਰ ਇੱਕ ਗੱਲ ਹੋ ਕਿ ਇਹ ਕਹਿੰਦੇ ਨੇ ਕਿ ਅਸੀਂ ਮਹਿਲਾ ਸੁਰੱਖਿਆ ਵਾਸਤੇ ਦੇਖਦੇ ਆ, 13 ਦੀ 13 ਸੀਟਾਂ ਵਾਸਤੇ ਇਹਨਾਂ ਕੋਲ ਇੱਕ ਵੀ ਮਹਿਲਾ ਨਹੀਂ ਹੈਗੀ। ਸਾਡਾ ਪਾਣੀ ਦਾ ਮੁੱਦਾ ਹੈ ਜੀ, ਸਾਡਾ ਪਾਣੀ ਕਿੱਥੇ ਹੈ ਜੀ? ਜਿਹੜਾ 2-2.5 ਸਾਲ ਪਹਿਲੇ ਆਉਣਾ ਸੀਗਾ, ਜਿਹੜਾ ਇਹਨਾਂ ਨੇ 150 ਕਰੋੜ ਹਾਲ ਤੱਕ ਦਿੱਤਾ ਨਹੀਂ, ਆਪਣੀ ਐਡਸ ਲਗਾਉਂਦੇ ਨੇ ਤੇ 150 ਕਰੋੜ ਦੇ ਕੇ ਪਾਣੀ ਕਿਹੜਾ ਪਟਿਆਲਾ ਦੇ ਵਿੱਚ ਪਾਣੀ ਨਹੀਂ ਆਉਂਦਾ? ਪਹਿਲੀ ਪਾਣੀ ਆਉਣਾ ਸੀ, ਜਿਹੜਾ ਪ੍ਰੋਜੈਕਟ ਹਾਲੀ ਬਣ ਕੇ ਤਿਆਰ ਪਿਆ, ਇਹਨਾਂ ਦੇ 150 ਕਰੋੜ ਕਰਕੇ ਰੁਕਿਆ ਪਿਆ, ਜਿਹੜਾ ਪੂਰਾ ਨਹੀਂ ਹੋ ਰਿਹਾ ਹਾਲ ਤੱਕ। ਠੀਕ ਹੈ, 2-3 ਇੰਪੋਰਟੈਂਟ ਇਸ਼ੂ ਨੇ, ਇੱਕ ਤਾਂ ਇੱਥੇ ਡੰਪਿੰਗ ਗਰਾਊਂਡ ਦਾ ਇਸ਼ੂ ਨਜ਼ਰ ਆ ਰਿਹਾ, ਇੱਕ ਪਾਣੀ ਦਾ ਇਸ਼ੂ ਨਜ਼ਰ ਆ ਰਿਹਾ। ਵਿਜੇ, ਮੈਨੂੰ ਲੱਗਦਾ ਕਿ ਸੱਤਾ ਧਿਰ ਤੇ ਜਿਹੜੀਆਂ ਪਹਿਲਾਂ ਧਿਰ ਰਹੀਆਂ ਨੇ, ਜਵਾਬ ਸੱਤਾਧਾਰੀ ਧਿਰ ਤੋਂ ਲੈਣੇ ਬਣਦੇ ਆ। ਬਿਲਕੁਲ ਬਿਲਕੁਲ,
ਦੇਖੋ ਜਿਹੜਾ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਦਾ ਉਹਨਾਂ ਨੇ ਡੰਪਿੰਗ ਗਰਾਊਂਡ ਦਾ ਗੱਲ ਕੀਤਾ, ਇੱਕ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਦਾ ਇਹਨਾਂ ਨੇ ਪ੍ਰੋਜੈਕਟ ਬਣਾਇਆ ਸੀ ਜੀ। ਉਹਦੇ ਉੱਤੇ ਕਾਗਜ਼ਾਂ 'ਚ ਕਰੋੜਾਂ ਰੁਪਇਆ ਦਿਖਾਇਆ ਪਿਛਲੀ ਸਰਕਾਰ ਸਮੇਂ, ਲੇਕਿਨ ਉਹ ਲੱਗਿਆ ਕਿਤੇ ਨਹੀਂ। ਔਰ ਸਾਡੀ ਸਰਕਾਰ ਇਸ ਦੇ ਉੱਤੇ ਬਿਲਕੁਲ ਸਿੰਸੀਅਰਲੀ ਵਰਕ ਕਰ ਰਹੀ ਹੈ, ਔਰ ਡੰਪਿੰਗ ਗਰਾਊਂਡ ਦਾ ਇਹਨਾਂ ਨੂੰ ਬੜੀ ਜਲਦੀ ਇਸ ਤੋਂ ਛੁਟਕਾਰਾ ਦਿਲਾਉਣ ਜਾ ਰਹੀ ਹੈ, ਪਹਿਲੀ ਚੀਜ਼। ਦੂਜਾ ਫੜੋ ਨਾ ਉਹਨਾਂ ਨੂੰ ਜਿਨ੍ਹਾਂ ਨੇ ਨਹੀਂ ਲਾਇਆ, ਉਹਨਾਂ ਨੂੰ ਬੁੱਕ ਕਰੋ, ਇਨਕੁਆਇਰੀ ਚੱਲ ਰਹੀ ਹੈ ਉਸ ਚੀਜ਼ ਦੀ। ਦੂਜਾ, ਮੇਰੀ ਇੱਕ ਭੈਣ ਨੇ 1,000 ਰੁਪਏ ਦੀ ਗੱਲ ਕੀਤੀ ਹੈ, ਭਗਵੰਤ ਮਾਨ ਜੀ ਨੇ ਬੜੇ ਸਹੀ ਔਰ ਖੂਬਸੂਰਤ ਸ਼ਬਦਾਂ 'ਚ ਦੱਸਿਆ ਕਿ ਬੜੀ ਜਲਦ ਇਹ ਡਿਮਾਂਡ ਵੀ ਪੂਰੀ ਹੋਣ ਜਾ ਰਹੀ ਹੈ, ਔਰ ਜਦੋਂ ਇਹ ਲੱਗਣਗੇ ਤਾਂ ਬੰਦ ਨਹੀਂ ਹੋਣਗੇ। ਜਿੱਦਾਂ ਬਿਜਲੀ ਨੂੰ 1.5 ਸਾਲ ਹੋ ਗਿਆ 300 ਯੂਨਿਟ ਫ੍ਰੀ ਦੇ ਰਹੇ, ਔਰ ਮਹਿਲਾਵਾਂ ਨੂੰ ਵੀ ਉਹਦਾ ਫਾਇਦਾ ਹੋ ਰਿਹਾ। ਚੌਥੀ ਚੀਜ਼, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਕਹਿ ਰਹੇ ਸੀ ਕਿ ਨੌਕਰੀਆਂ ਲੱਗੀਆਂ, ਪਟਿਆਲੇ ਜ਼ਿਲ੍ਹੇ ਦਾ, ਪਟਿਆਲੇ ਦੇ ਨੇੜੇ ਦਾ ਪਿੰਡ ਹੈ, 39 ਨੌਕਰੀਆਂ ਇੱਕ ਪਿੰਡ ਦੀਆਂ ਜੀ। ਮੇਰੇ ਸ਼ਹਿਰ ਦੇ ਨੇੜੇ ਦਾ 42, ਮੇਰੇ ਸ਼ਹਿਰ ਦੇ ਨੇੜੇ ਦਾ ਪਿੰਡ ਹੈ ਕਲੋਲੀ, 3 ਨੌਕਰੀਆਂ ਗਰੀਬ ਘਰਾਂ ਦੇ ਬੱਚਿਆਂ ਨੂੰ। ਜਵਾਬ ਨੀ ਦਿੰਦੇ ਆ, ਬੈਠੇ ਨੇ ਉਰੇ। ਮੈਂ ਕਈ ਬੰਦੇ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਦੇ ਮੈਂ ਜਾਤੀ ਤੌਰ ਤੇ ਸਤਿਕਾਰ ਕਰਦਾ, ਬੰਦੂ ਜੀ ਬੈਠੇ ਨੇ, ਇਹ ਉਹ ਬੰਦੇ ਨੇ ਜਿਹੜੇ ਮੈਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਜਦੋਂ ਪੰਜਾਬ ਚ ਜੰਮੀ ਸੀ ਇਹ ਉਦੋਂ ਦੇ ਤਖਤੀ ਚੱਕ ਕੇ ਘੁੰਮ ਰਹੇ ਨੇ, ਤੇ ਅੱਜ ਜਦੋਂ ਟਿਕਟਾਂ ਲੈਣ ਦੀ ਵਾਰੀ ਆਈ ਫਿਰ ਮਿਲ ਗਈਆਂ ਚਾਦਰਾਂ ਵਿਛਾਉਣ ਵਾਲੇ ਨੂੰ ਟਿਕਟਾਂ, ਫਿਰ ਟਿਕਟਾਂ ਜਾਂ ਤਿਤਲੀਆਂ ਨੂੰ ਜਾਂ ਦੂਜੇ MLA ਜਾਂ ਮੰਤਰੀ ਲੜਦੇ ਨੇ। ਸੋ ਜਿਹੜੇ ਬੰਦੇ ਇਹਨਾਂ ਦੀ ਆਪਦੀ ਰਾਜ ਸਭਾ ਦੀ MP ਨੇ, ਇਹਨਾਂ ਤੇ ਕੀ ਸਵਾਲ ਖੜੇ ਕੀਤੇ ਕਿ ਜੀ ਮੈਨੂੰ CM ਦੇ ਘਰੇ ਮੋਲੈਸਟ ਕੀਤਾ, ਦੇਣਗੇ ਜਵਾਬ? ਨੌਜਵਾਨਾਂ ਦੇ ਕਾਤਲ ਹੈ ਸਿੱਧੂ ਮੂਸੇਵਾਲਾ ਮਰਾਇਆ, ਸੰਦੀਪ ਨੰਗਲੰਬੀਆ ਮਰਾਇਆ, ਉਸ ਤੋਂ ਬਾਅਦ ਤੁਸੀਂ ਅੱਗੇ ਆ ਜਾਓ ਜੀ। ਮੈਂ ਤਾਂ ਇਹਨਾਂ ਨੂੰ ਇਹ ਇੱਕ ਇੱਕ ਗੱਲ ਦਾ ਜਵਾਬ ਦੇ ਕੇ ਜਾਣਾ ਚੁਰੇ ਆ ਕੇ, ਲੋਕਾਂ ਨਾਲ ਕੀਤਾ 2 ਸਾਲ ਚ ਕਿਹੜਾ ਵਾਅਦਾ ਹੈ ਜਿਹੜਾ ਆਮ ਆਦਮੀ ਪਾਰਟੀ ਨੇ ਪੂਰਾ ਕਰਤਾ, ਦਿਖਾਉਣ ਕਿਹੜਾ ਵਾਅਦਾ? ਵੈਸੇ ਜਿਨ੍ਹਾਂ ਦਾ ਜ਼ਿਕਰ ਕੀਤਾ ਗੌਰਵ, ਉਹਨਾਂ ਤੋਂ ਇੱਕ ਜਵਾਬ ਲੈਣਾ ਮੰਨਦਾ। ਚਲੋ ਠੀਕ ਹੈ, ਹੁਣ ਤਾਂ ਜਵਾਬ ਲੈਣਾ ਮੰਨਦਾ, ਉਹਨਾਂ ਤੋਂ ਜਵਾਬ ਲੈਣਾ ਮੰਨਦਾ ਕਿ ਅਰਸ਼ਦ ਸਾਹਿਬ ਮੇਰਾ ਨਾਮ ਲਿਆ, ਧੰਨਵਾਦ ਤੁਸੀਂ, ਪਰ ਗੱਲ ਇਹ ਹੈ ਟਿਕਟਾਂ ਜਿਹੜਾ ਜਿੱਤਣ ਵਾਲਾ ਉਹਨੂੰ ਦੇਣਾ, ਅਸੀਂ ਪਾਰਟੀ ਦੇ ਵਿੱਚ ਅਹੁਦੇ ਜਾਂ ਟਿਕਟਾਂ ਲੈਣ ਨਹੀਂ ਆਏ, ਅਸੀਂ ਬਦਲਾਅ ਲਈ ਆਏ ਆ, ਅਸੀਂ ਸੱਤਾ ਪਰਿਵਰਤਨ ਲਈ ਆਏ ਆ। ਜੋ 70 ਸਾਲ ਤੁਸੀਂ ਨਹੀਂ ਕੀਤਾ ਅਸੀਂ 2 ਸਾਲ ਚ ਕਰਕੇ ਦਿਖਾਇਆ, ਸਰਕਾਰ ਜੋ ਭਗਵੰਤ ਮਾਨ ਸਾਹਿਬ ਦੀ ਅਗਵਾਈ ਚ, ਤੁਸੀਂ ਨਹੀਂ ਕਰਕੇ ਦਿਖਾਇਆ। ਤੁਸੀਂ ਕਹਿੰਦੇ ਨਾ ਬਿਜਲੀ ਸਰਪਲਸ ਕੀਤੀ, ਬਿਜਲੀ ਅਸੀਂ ਵੇਚ ਰਹੇ ਹਾਂ, ਮਈ ਮਹੀਨੇ ਚ 112 ਕਰੋੜ ਦੀ ਬਿਜਲੀ ਵੇਚੀ ਹੈ। ਅੱਜ ਸਵੇਰੇ CM ਨੇ ਚਲਦੀ ਡਿਬੇਟ ਚ ਸਰਾਵ ਸਾਹਿਬ ਨੂੰ ਫੋਨ ਲਾ ਕੇ ਸਾਰੇ ਆਂਕੜੇ ਦਿੱਤੇ ਆ। ਚਲੋ ਚਲੋ, ਸਮਾਂ ਘੱਟ ਹੈ, ਹੁਣ ਆਪਾਂ ਜਵਾਬ ਲੈ ਲਈਏ, ਛੋਟਾ ਜੀ ਛੋਟੇ ਛੋਟੇ ਜਵਾਬ ਲੈ ਲਵਾਂ। ਇਹ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਮੈਡੀਕਲ ਦੀ ਗੱਲ ਕਰਦੀ ਸੀ, ਉਹ ਸਿੱਖਿਆ ਦੀ ਗੱਲ ਕਰਦੀ ਸੀ। ਸਾਡੀ ਸਰਕਾਰ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਤੇ ਮਹਾਰਾਣੀ ਪਰਨੀਤ ਕੌਰ ਸੀਗੇ, ਤਾਂ ਇੱਥੇ 4 ਯੂਨੀਵਰਸਿਟੀਆਂ ਬਣੀਆਂ ਨੇ। ਇਹਨਾਂ ਨੂੰ ਪੁੱਛੋ 1 ਯੂਨੀਵਰਸਿਟੀ ਲੈ ਕੇ ਆਏ ਨੇ, ਇੱਥੇ ਰਜਿੰਦਰਾ ਕਾਲਜ ਦੇ ਵਿੱਚ ਨਵਾਂ ਹਸਪਤਾਲ ਬਣਿਆ, ਕਿ ਇਹਨਾਂ ਨੇ ਕੋਈ ਹਸਪਤਾਲ ਬਣਾਇਆ? ਹੁਣ ਤੁਸੀਂ ਆਸਵੰਦ ਨੂੰ ਆਪਣੀ ਜਿੱਤ ਨੂੰ ਲੈ ਕੇ ਕੋਈ ਦਾਵਾ ਠੋਕਦੇ ਹੋ? ਮੈਂ ਆ ਸਾਡੀਆਂ ਗਰੰਟੀਆਂ ਨੇ, ਜੋ ਵਾਅਦੇ ਕੀਤੇ ਆ ਉਹ ਇਹਦੇ ਚ, ਜੋ ਕੰਮ ਕੀਤਾ ਉਹ ਇਹਦੇ ਚ ਲਿਖਿਆ, ਜੋ ਵਾਅਦੇ ਕਰ ਰਹੇ ਆ ਉਹ ਇਹਦੇ ਚ ਲਿਖਿਆ। ਤੇ ਲੋਕੀ ਜਦੋਂ ਕਰਤਾਰਪੁਰ ਕੋਰੀਡੋਰ ਦੇ ਦਰਸ਼ਨ ਕਰਨ ਜਾਂਦੇ ਆ ਨਾ, ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਲਾਮ ਕਰਨ ਜਾਂਦੇ ਆ, ਤਾਂ ਉਹਦੀ ਮੋਦੀ ਦੇ ਗੁਣਗਾਨ ਕਰਦੇ ਆ। ਆ ਜਿਹੜੇ ਪੱਗਾਂ ਵਾਲੇ ਮੇਰੇ ਭਰਾ ਬੈਠੇ ਨੇ, ਸਾਡੇ ਸਿਰ ਤੇ ਪੂਰੀਆਂ ਦਸਤਾਰਾਂ ਨੇ। ਠੀਕ ਹੈ, ਦਾਵਾ ਠੋਕਦੇ ਹੋ? ਆਖਰੀ, ਬਹੁਤ ਘੱਟ 30 ਸੈਕਿੰਡ। ਦਾਵਾ ਕਲੀਅਰ ਹੈ, ਮਾਨ ਸਾਹਿਬ ਕਹਿ ਚੱਕੇ ਆ ਪੰਜਾਬ ਬਣੇਗਾ ਹੀਰੋ ਆਮ ਆਦਮੀ ਪਾਰਟੀ ਦੇ ਹੱਕ ਵਿੱਚ 13-0। ਦੂਜਾ, ਅਕਾਲੀ ਦਲ ਵਾਲਿਆਂ ਨੂੰ ਆਪ ਸੋਚਣਾ ਚਾਹੀਦਾ, ਇੱਕੋ ਪਰਿਵਾਰ ਦੇ ਸੱਤਾ ਚੋਂ 5 ਮਿਨਿਸਟਰ ਸੀ। ਠੀਕ ਹੈ, ਦਾਵਾ ਦਾਵਾ ਬਰਾੜ ਸਾਹਿਬ, ਇੱਕੋ ਬੇਨਤੀ ਹੈ, ਕਹਿਣ ਲਈ 60 ਸੈਕਿੰਡ ਦੇ ਦਿਓ, ਬੜੇ ਟਾਈਮ ਬਾਅਦ ਆਇਆ। ਮੈਂ ਇੱਕੋ ਬੇਨਤੀ ਕਰੂੰਗਾ, 1 ਸੈਕਿੰਡ ਜੀ ਪਲੀਜ਼। ਜਿਹੜੀ ਡਬਲ ਇੰਜਨ ਵਾਲੀ BJP ਦੀ ਟ੍ਰੇਨ ਹੈ,
ਉਹ ਪਲਟਣ ਲੱਗੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਦੇਖ ਲਿਆ ਸੀਗਾ ਵੀ ਕਮਲ ਲੱਗਿਆ ਮਰਝਾਉਣ, ਤਾਂ ਕਮਲ ਹੱਥ ਨਹੀਂ ਫੜਿਆ, ਤਕੜੀ ਚ ਰੱਖਿਆ ਨੀ। ਦੂਜੀ ਗੱਲ ਜਿਹੜਾ ਇਹ ਕਹਿੰਦੇ ਸੀ ਨਾ ਮੋਦੀ ਸਾਹਿਬ ਝੋਲਾ ਲੈ ਕੇ ਚੱਲ ਪੜੇਗੇ, ਝੋਲਾ ਪੰਜਾਬ ਨੇ ਤਿਆਰ ਕਰਤਾ, ਬੀਜੇਪੀ ਤਿਆਰ ਕਰ ਲਏ, ਹੁਣ ਲੈ ਕੇ ਚੱਲਣਾ ਪੈਣਾ। ਤੀਜੀ ਗੱਲ ਇਹਨਾਂ ਦਾ ਬਜਟ ਵੀ ਖਾਲੀ, ਇਹਨਾਂ ਦਾ ਜੁਮਲਾ ਪੱਤਰ ਵੀ ਖਾਲੀ, ਹੁਣ ਸੀਟਾਂ ਵੀ ਪੰਜਾਬ ਖਾਲੀ ਕਰੂਗਾ। ਤੇ ਕੈਪਟਨ ਸਾਹਿਬ ਮੈਂ ਇੱਕੋ ਗੱਲ ਕਹੂੰਗਾ, ਪਹਿਲਾਂ ਜਦੋਂ ਕੈਪਟਨ ਸਾਹਿਬ ਵਰਗੇ ਲੀਡਰ ਦਾ ਨਹੀਂ ਕੁਛ ਬਣਿਆ ਤਾਂ ਪ੍ਰਨੀਤ ਕੌਰ ਜੀ ਦਾ ਕੀ ਬਣ ਸਕਦਾ? ਤੇ ਸ਼੍ਰੋਮਣੀ ਅਕਾਲੀ ਦਲ ਠੀਕ ਹੈ, ਚਲੋ ਕਲੇਰ ਸਾਹਿਬ ਸ਼੍ਰੋਮਣੀ ਬਸ ਕਲੋਜ਼ਿੰਗ ਹੈ, ਸ਼੍ਰੋਮਣੀ ਅਕਾਲੀ ਦਲ ਦੱਸਦੇ ਮਲੂਕਾ ਸਾਹਿਬ ਨਾਲ ਅੱਜ ਕੱਲ ਕਿਵੇਂ ਹੈ, ਕੈਰੋ ਸਾਹਿਬ ਨਾਲ ਕਿਵੇਂ ਹੈ, ਚੰਡੀਗੜ੍ਹ ਵਾਲੇ ਕੈਂਡੀਡੇਟ ਨਾਲ ਕਿਵੇਂ ਹੈ, ਐਸਸੀਡੀ ਟਕਸਾਲੀ ਅੰਮ੍ਰਿਤਸਰ ਸਹਿਯੋਗ ਠੀਕ ਹੈ, ਚਲੋ ਕਲੇਰ ਸਾਹਿਬ ਪੁੱਛ ਲੈਣੇ ਆਖਰੀ ਦੇਖੋ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਨੇ। ਇਹਨਾਂ ਦੇ ਕੱਲ ਪ੍ਰਿਅੰਕਾ ਗਾਂਧੀ ਜੀ ਉਰੇ ਆਏ, ਕਹਿੰਦੇ ਜੀ ਅਖਬਾਰ ਤੇ ਪਰਚਾ ਦਿੱਤਾ ਬਹੁਤ ਮਾੜਾ ਕਰਤਾ। ਤੇ ਅਖਬਾਰ ਤੇ ਪਰਚਾ ਕਿਹਨੇ ਦਿੱਤਾ? ਅਲਾਇੰਸ ਪਾਰਟਨਰ ਕੇਜਰੀਵਾਲ ਨੂੰ ਪੁੱਛਿਆ ਫਿਰ ਕਿ ਪੰਜਾਬ ਚ ਮੀਡੀਆ ਦੀ ਬਾਹ ਮਰੋੜੀ ਜਾ ਰਹੀ ਹੈ। ਔਰ ਦੂਸਰੀ ਗੱਲ, ਕੇਜਰੀਵਾਲ ਜੇਲ੍ਹ ਚੋਂ ਬਾਹਰ ਨਿਕਲ ਕੇ ਆਏ, ਕਹਿੰਦੇ ਜੀ ਮੈਂ ਭ੍ਰਿਸ਼ਟਾਚਾਰ ਪੇ ਐਕਸ਼ਨ ਲੈ ਲਿਆ, ਮੈਂ ਮੰਤਰੀ ਸਸਪੈਂਡ ਕਰ ਦਿੱਤਾ। ਉਹ ਮਾਨਸਾ ਚ ਜਿਹੜਾ ਵਿਜੇ ਸਿੰਗਲਾ ਉਹ ਸਟਾਰ ਪ੍ਰਚਾਰਕ ਹੈ ਇਹਨਾਂ ਦੀ ਪਾਰਟੀ ਦਾ, ਅਮਿਤ ਰਤਨ ਸਟਾਰ ਪ੍ਰਚਾਰਕ ਹੈ। ਸੋ ਇਹ ਲੋਕ ਮੁੱਦਿਆਂ ਦੀ ਰਾਜਨੀਤੀ ਨਹੀਂ ਕਰਦੇ, ਆਹ ਮੂਹਰੇ ਬੈਠੇ ਨੇ, ਇਹ ਕਹਿੰਦੇ ਜੀ ਮੁੱਦਿਆਂ ਤੇ ਰਾਜਨੀਤੀ ਨਹੀਂ ਹੋ ਰਹੀ, ਤੂੰ ਮੈਂ ਹੈ। ਇਹਨਾਂ ਨੂੰ ਪੁੱਛੋ ਪੰਜਾਬ ਦੇ ਵਿੱਚ ਸਭ ਤੋਂ ਵੱਧ ਗਾਲੀ ਗਲੋਚ ਕੌਣ ਕਰ ਰਿਹਾ? ਤੁਹਾਨੂੰ ਆਮ ਆਦਮੀ ਪਾਰਟੀ ਵਾਲਿਆਂ ਦੀ ਬਹੁਤ ਪਛਾਣ। ਨਹੀਂ ਨਹੀਂ ਇਹ ਤਾਂ ਕਹਿੰਦੇ ਸੀ ਨਾ ਸਭ ਤੋਂ ਵੱਧ ਗਾਲੀ ਗਲੋਚ ਕੌਣ ਕਰ ਰਿਹਾ? ਭਗਵੰਤ ਮਾਨ ਮੇਰੇ ਆਪਣੇ ਭਰਾ ਨੇ। ਠੀਕ ਹੈ, ਗੱਲ ਇਹ ਹੈ ਲੋਕਾਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ, 70,000 ਕਰੋੜ ਦਾ ਕਰਜ਼ਾ ਐਸ਼ ਪ੍ਰਸਤੀਆਂ ਤੇ ਲਾਇਆ, ਇੱਕ ਨਵੀਂ ਸੜਕ ਨਹੀਂ ਕੱਢ ਸਕੇ, ਇੱਕ ਨਵੀਂ ਸਕੀਮ ਨਹੀਂ ਦੇ ਸਕੇ, ਮਾਵਾਂ ਦੇ ਪੁੱਤ ਅੱਡ ਮਰਵਾਏ। ਇਹਨਾਂ ਨੂੰ ਪੁੱਛੋ ਜੀ 2 ਸਾਲ ਹੋ ਗਏ, ਇਹਨਾਂ ਨੇ ਬੇਅਦਬੀਆਂ ਦਾ ਇਨਸਾਫ ਕਰਾਤਾ, ਬੜਾ ਬੜਕਾ ਮਾਰਦੇ ਸੀ, ਨਸ਼ਿਆਂ ਤੇ ਕਾਰਵਾਈ ਹੋ ਗਈ, ਇਹ ਕਿਉਂ ਨਹੀਂ ਜਵਾਬ ਦਿੰਦੇ? ਵੀ ਕੁੰਵਰ ਵਿਜੇ ਪ੍ਰਤਾਪ ਕਹਿੰਦਾ ਹੈ ਕਿ ਨਸ਼ਾ ਰਾਘਵ ਚੱਡਾ ਪਕਾਉਂਦਾ ਹੈ, ਇਹਨਾਂ ਦਾ ਆਪਣਾ MLA ਕਹਿੰਦਾ, ਦੱਸੋ ਕੋਈ ਜਵਾਬ ਹੈਗਾ? ਹੁਣ ਸਿਰ ਨਵਾਂ ਨਿਕਲਿਆ ਇਹਨਾਂ ਨੇ। ਚਲੋ ਜਵਾਬ ਅਸੀਂ 32,000 ਡਰੈਗ ਪੈਡਲਰ ਜੇਲ੍ਹ ਚ ਸੁੱਟੇ ਆ, ਲਗਾਤਾਰ ਐਕਸ਼ਨ ਹੋ ਰਿਹਾ, ਇਹਨਾਂ ਦੀ ਤਰ੍ਹਾਂ ਪੁਸ਼ਤ ਪਨਾਹੀ ਨਹੀਂ ਦੇ ਰਹੇ। ਆ ਪਰਿਵਾਰਵਾਦ ਵਾਲੀ ਪਾਰਟੀ, ਸੱਤਾ ਚੋਂ 5 ਮਿਨਿਸਟਰ, 1 ਪਰਿਵਾਰ ਦੇ ਰਿਸ਼ਤੇਦਾਰ, ਔਰ ਇਹਨਾਂ ਦਾ 2000 ਭਾਰਾਂ ਦਾ ਘੋਸ਼ਣਾ ਪੱਤਰ ਪੰਜਾਬ ਦੇ ਵਿੱਚ 2 ਚੀਜ਼ਾਂ ਹੁਣ ਜਾ ਰਹੀਆਂ, ਨਫ਼ਰਤ ਦੀ ਦੁਕਾਨ ਬੀਜੇਪੀ ਦੀ ਬੰਦ ਹੋਊਗੀ, ਝੂਠ ਦੀ ਦੁਕਾਨ ਆਮ ਆਦਮੀ ਪਾਰਟੀ ਦੀ ਬੰਦ ਹੋਊਗੀ, ਤੇ ਮੁਹੱਬਤ ਦੀ ਦੁਕਾਨ ਕਾਂਗਰਸ ਦੀ ਖੁੱਲੂਗੀ, ਤੇ ਪੰਜਾਬ ਫਿਰ ਹੱਸਦਾ ਵਸਦਾ ਚੜ੍ਹਦੀ ਕਲਾ ਚ ਹੋਊਗਾ। ਕਾਂਗਰਸ ਦੀ ਕਰਪਸ਼ਨ ਪਹਿਲਾਂ ਵੀ ਪੰਜਾਬ ਨੇ ਬੰਦ ਕੀਤੀ ਹੈ, ਬਹੁਤ ਸਾਰੇ ਮੁੱਦਿਆਂ ਦੇ ਨਾਲ ਨਾਲ ਪਏਗੀ, ਕੋਸ਼ਿਸ਼ ਸੀ ਲੋਕਲ ਮੁੱਦਿਆਂ ਤੇ ਗੱਲਬਾਤ ਕਰ ਸਕੀਏ, ਪਰ ਕਈ ਵਾਰੀ ਡਿਬੇਟ ਜ਼ਿਆਦਾ ਨੈਸ਼ਨਲ ਮੁੱਦਿਆਂ ਤੇ ਚਲੀ ਜਾਂਦੀ ਹੈ। ਸੋ ਅੱਜ ਵੀ ਇਸ ਡਿਬੇਟ ਚ ਮੈਨੂੰ ਔਰ ਗੌਰਵ ਨੂੰ ਦਿਓ ਇਜਾਜ਼ਤ, ਧੰਨਵਾਦ।